ਉਹ ਸਾਨੂੰ ਇੰਨਾ ਪਤਾ ਵੀ ਮੋਦੀ ਆ ਸਕਦਾ ਦੁਬਾਰਾ, ਜੋ ਕੰਮ ਮੋਦੀ ਜੀ ਕਰਕੇ ਉਹਦੇ ਮੁਕਾਬਲੇ 'ਚ ਦੁਬਾਰਾ ਕੋਈ ਲੀਡਰ ਨਾ ਤਾਂ ਹੈ, ਨਾ ਮੋਦੀ ਦੇ ਮੁਕਾਬਲੇ ਕੋਈ ਲੀਡਰ, ਨਾ ਤਾਂ ਪੰਜਾਬ 'ਚ, ਨਾ ਹਰਿਆਣੇ 'ਚ, ਨਾ ਪੂਰੇ ਇੰਡੀਆ 'ਚ ਨਹੀਂ ਹੈਗਾ। ਕਿਸਾਨਾਂ ਨੂੰ ਸਾਰਾ ਕੁਝ ਦੇਦਾ ਜੀ, ਕਿਸਾਨ ਕਿਸਾਨੀ ਨਾਲ ਜੁੜੇ ਆ, ਪਿੰਡਾਂ 'ਚ ਰਹਿਣ ਵਾਲੇ ਆ, ਅਤੇ ਕਿਸਾਨ ਜਿਹੜੇ ਉਹ ਆਪਣੀ ਜਗ੍ਹਾ ਸੱਚ ਨੇ, ਪਰ ਜੋ ਮੋਦੀ ਦੇ ਕੰਮ ਦੇਸ਼ ਵਾਸਤੇ ਕੀਤੇ, ਦੇਸ਼ ਨੂੰ ਅੱਗੇ ਲਿਜਾਣ ਵਾਲੇ, ਦੇਖੋ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਹੈਗਾ, ਕੰਮ ਮੋਦੀ ਸਾਹਿਬ ਕਰ ਗਏ ਕਿਹੜੇ ਕਿਹੜੇ ਕੰਮ, ਪੂਰਾ ਆਲ ਇੰਡੀਆ ਦੇ ਵਿੱਚ ਦੇਖੋ ਤੁਸੀਂ ਜੋ ਕੰਮ ਕਰ ਗਿਆ, ਕਿਹੜੇ ਕਿਹੜੇ ਕੰਮ, 500 ਸਾਲ ਜਿਹੜਾ ਰਾਮ ਮੰਦਿਰ ਦਾ ਸੀ ਮੁੱਦਾ, ਰਾਮ ਮੰਦਿਰ ਬਣ ਗਿਆ, ਰਾਮ ਮੰਦਿਰ ਬਣ ਗਿਆ ਇੱਕ ਕੰਮ, ਇਸ ਤੋਂ ਇਲਾਵਾ ਤੁਸੀਂ ਦੇਖੋ ਆਲ ਇੰਡੀਆ ਦੇ ਵਿੱਚ ਜੋ ਗਡਕਰੀ ਜੀ ਨੇ, ਅਸੀਂ ਰੋਡ 'ਤੇ ਗੱਡੀਆਂ ਚਲਾਉਂਦੇ ਹਾਂ, ਪਹਿਲਾਂ ਕੀ ਹਾਲ ਸੀ, ਅੱਜ ਜਾਲ ਵਿਛਾਤਾ, ਦੇਖੋ ਗੱਡੀਆਂ ਚਲਾਉਂਦੇ ਹਾਂ, ਸਾਨੂੰ ਪਤਾ ਲੱਗਦਾ ਅਸੀਂ ਤਾਂ ਟੈਕਸੀ ਡਰਾਈਵਰ ਆਲ ਇੰਡੀਆ ਘੁੰਮਦੇ ਰਹਿੰਦੇ ਹਾਂ, ਪੰਜਾਬ ਦੇ ਵਿੱਚ ਤਾਂ ਮੋਦੀ ਆ ਨਹੀਂ ਸਕਦਾ ਜੀ। ਪਰ ਮੋਦੀ ਨੇ ਜਿਹੜੇ 5-5 ਲੱਖ ਦਾ ਹੌਸਪੀਟਲ ਜਾਓ ਇਲਾਜ ਕਰਾਓ ਫ੍ਰੀ, ਆਯੁਸ਼ਮਾਨ ਕਾਰਡ, ਆਯੁਸ਼ਮਾਨ ਕਾਰਡ ਸਾਰੇ ਕਰਾ ਕੇ, ਸਾਡੇ ਬੰਦੇ ਵੀ ਕਰਾ ਕੇ ਆਏ ਨੇ। ਆ ਪਿੱਛੇ ਜੀ ਤੁਸੀਂ ਦੇਖਿਆ ਸੀ ਇੱਕ ਵਧੀਆ ਸਰਦਾਰ ਜੀ ਅਫਸਰ ਸੀਗੇ ਪੁਲਿਸ ਅਫਸਰ, ਉਹਨਾਂ ਨੂੰ ਇਹ ਕਹਿ ਕੇ ਕਿਹਾ ਗਿਆ ਵੀ ਕਿ ਵੀ ਇਹ ਸਰਦਾਰ ਹੈ, ਪੱਗ ਬੰਨ੍ਹੀ ਹੋਈ ਉਹਨਾਂ ਦੇ, ਕਿ ਵੀ ਇਹ ਬੰਦਾ ਗਲਤ ਹੈ, ਅਤੇ ਇਹਦਾ ਮਤਲਬ ਪਾਕਿਸਤਾਨੀ ਕਿਹਾ ਸੀ, ਪਾਕਿਸਤਾਨੀ ਕਿਹਾ ਸੀਗਾ, ਅਕਾਲੀ ਦਲ ਦਾ ਵੀ ਜ਼ੋਰ ਪੂਰਾ ਕਰ ਰਿਹਾ ਆਪਣਾ, ਉਹ ਕਹਿੰਦਾ ਪੰਜਾਬ ਬਚਾਓ, ਪੰਜਾਬ ਦਾ ਪਹਿਲਾਂ ਖਾ ਗਏ ਤਾਂ ਹੁਣ ਕਿਆ ਬਚਾ। ਪਾਰਟੀਆਂ ਸਾਰਿਆਂ ਦਾ ਟਾਈਮ ਠੀਕ ਹੈ, ਲੇਕਿਨ ਜਿਹੜੇ BJP ਹੈ ਇਸ ਟਾਈਮ ਰੁਪਏ 'ਚੋਂ 90 ਪੈਸੇ ਉਹਨਾਂ ਦਾ, 10 ਪੈਸੇ ਪੰਜਾਬ 'ਚ, ਪੰਜਾਬ ਵਿੱਚ ਜੀ ਇਸ ਟਾਈਮ ਹਾਲੀ ਬਰਾਬਰ ਹੈ ਜੀ, ਕਿਸੇ ਦੇ ਪਲੱਸ ਪੁਆਇੰਟ ਮਾਈਨਸ ਨਹੀਂ ਕਹਿ ਸਕਦੇ। ਕਣਕ ਦਾਲ ਆਟਾ ਚੌਲ ਜੋ ਮੋਦੀ ਦੇ ਰਿਹਾ, ਜੇ ਉਹਦਾ ਖਾ ਕੇ ਗੁਣ ਨਾ ਗਈਏ ਤਾਂ ਫਿਰ ਮਾੜੀ ਗੱਲ। ਦੇਸ਼ ਦੀ ਆਬਾਦੀ ਕਿੰਨੀ ਹੈ? ਦੇਸ਼ ਦੀ ਆਬਾਦੀ 1 ਅਰਬ 40 ਕਰੋੜ, ਅਤੇ ਕਿੰਨੇ ਲੋਕਾਂ ਨੂੰ ਮੁਫ਼ਤ ਅਨਾਜ ਜਾਂਦਾ? ਘੱਟ ਤੋਂ ਘੱਟ ਵੀ 1 ਅਰਬ ਬੰਦਿਆਂ ਤੋਂ ਜਾ ਰਿਹਾ, 80 ਕਰੋੜ ਸਰਕਾਰ ਕਹਿੰਦੀ ਹੈ, ਚਲੋ ਆਪਾਂ 50% ਤੋਂ ਜ਼ਿਆਦਾ, ਅਤੇ ਗਰੀਬੀ ਕਿੰਨੀ ਹੋਈ ਦੇਸ਼ 'ਚ, ਇਹ ਕਾਰਨ ਕੀ ਹੈ, ਗਰੀਬੀ ਦੂਰ ਕਿਉਂ ਨਹੀਂ ਕੀਤੀ, ਮੁਫ਼ਤ ਅਨਾਜ ਕਿਉਂ ਦੇਣਾ? ਇਹ ਗਰੀਬੀ ਤਾਂ ਸਾਡੇ ਦੇਖੋ ਜਿਹੜੇ ਦੇਸ਼ ਤੋਂ ਦੂਜੇ ਸਟੇਟਾਂ ਤੋਂ ਲੋਕ ਆ ਰਹੇ, ਬੰਗਲਾਦੇਸ਼ੀ ਸਾਡੇ ਦੇਸ਼ 'ਚ ਬਹੁਤ ਜ਼ਿਆਦਾ ਬੜੇ ਜਾ ਰਹੇ ਨੇ, ਸਾਡੇ ਮਿਲੀ ਭੁਗਤ ਨਾਲ ਜਿਹੜੇ ਸਾਡੇ ਕਈ ਲੀਡਰ ਨੇ ਜਿਹਨਾਂ ਨੇ ਵੋਟਾਂ ਦੇ ਖਾਤਰ ਉਹਨਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਨੇ, ਪੰਜਾਬੀ ਨੂੰ ਕਿਸੇ ਵੀ ਸਟੇਟ 'ਚ ਨੌਕਰੀ ਨਹੀਂ ਦਿੰਦੇ, ਕਿਸੇ ਵੀ ਸਟੇਟ 'ਚ ਚਲੇ ਜਾਓ ਪੰਜਾਬੀ ਨੂੰ ਨੌਕਰੀ ਨਹੀਂ ਦਿੰਦੇ। ਜੇ ਕਿਸੇ ਸਟੇਟ ਦੇ ਵਿੱਚ ਕਿਸੇ ਪੰਜਾਬੀ ਨੂੰ ਗਲਤੀ ਨਾਲ ਨੌਕਰੀ ਮਿਲ ਗਈ ਜਾਂ ਅਫਸਰ ਲੱਗ ਗਿਆ, ਉਹਦੀ ਖਿੱਚ ਤੂ ਕਰ ਦਿੰਦੇ ਨੇ। ਕਾਂਗਰਸ ਬਿਲਕੁਲ ਨਹੀਂ ਆਉਂਦੀ ਕਿਉਂਕਿ ਕੈਪਟਨ ਨੇ ਕੰਮ ਹੀ ਇਹੋ ਜਿਹਾ ਕਰਿਆ। ਹਾਂ, ਕਾਂਗਰਸ ਤਾਂ ਹੁਣ ਆ ਹੀ ਨਹੀਂ ਸਕਦੀ, ਹੁਣ ਆਵੇ ਜਾਂ ਇਹੀ ਆਵੇ ਆਮ ਆਦਮੀ ਪਾਰਟੀ ਤੇ ਜਾਂ ਫਿਰ BJP। ਡਾਕਟਰ ਬਲਬੀਰ ਆ ਸਕਦੇ ਆ, MP ਬਣ ਸਕਦੇ, ਹਾਂ ਉਹਦਾ ਚਾਂਸ ਪੂਰਾ। ਪਟਿਆਲੇ ਜੀ ਜਿਹੜੇ ਕੰਮ ਜਿੰਨੇ ਕਰਾਏ ਆ ਕੈਪਟਨ ਨੇ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕਰਾਏ। ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਆ, ਹਾਲਾਂਕਿ ਆਪੋ ਆਪਣੇ ਉਮੀਦਵਾਰਾਂ ਨੂੰ ਲੈ ਕੇ ਮੰਥਨ ਜਾਰੀ ਹੈ, ਬਹੁਤ ਸਾਰੇ ਉਮੀਦਵਾਰ ਪਾਰਟੀਆਂ ਵੱਲੋਂ ਉਤਾਰ ਵੀ ਦਿੱਤੇ ਗਏ ਨੇ, ਅਤੇ ਇਸ ਵਕਤ ਅਸੀਂ ਖੜ੍ਹੇ ਹਾਂ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ। ਹਾਲਾਂਕਿ ਸਿਟਿੰਗ MP ਪ੍ਰਨੀਤ ਕੌਰ ਹੈ, ਹੁਣ ਤੱਕ ਕਬਜ਼ਾ ਰਿਹਾ ਆ ਇਸ ਕੈਪਟਨ ਦੇ ਗੜ੍ਹ ਦੇ ਵਿੱਚ ਇਹਨਾਂ ਦਾ, ਪਰ ਐਤਕੀ ਦੇਖਣਾ ਆ ਕਿਹਦੇ ਵੱਲ ਜ਼ਿਆਦਾ ਝੁਕਾਅ ਲੱਗਦਾ ਆ, ਕੌਣ ਹੈ ਜਿਹੜਾ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਜਿਹੜਾ ਕਿ ਐਤਕੀ ਪਾਉਂਦਾ ਆ, ਕਿਹਦੀਆਂ ਨੀਤੀਆਂ ਲੋਕ ਸਭਾ ਹਲਕਾ ਦੇ ਪਟਿਆਲਾ ਦੇ ਲੋਕਾਂ ਨੂੰ ਪਸੰਦ ਆਉਣਗੀਆਂ। ਸੋ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਤੋਂ ਹੀ ਜਾਣਦੇ ਹਾਂ ਕਿ ਉਹ ਐਤਕੀ ਕੀ ਚਾਹੁੰਦੇ ਨੇ। ਸੋ ਪਟਿਆਲੇ ਦੇ ਲੋਕਾਂ ਦੇ ਵਿੱਚ ਹੈ, ਅਤੇ ਗੱਲਬਾਤ ਇਹ ਹੈ ਕਿ ਐਤਕੀ ਜਦੋਂ 4 ਜੂਨ ਨੂੰ ਫਤਵਾ ਆਉਣਾ ਹੈ ਤਾਂ ਪਟਿਆਲੇ ਦੇ ਲੋਕ ਕੀ ਚਾਹੁੰਦੇ ਨੇ। ਹਾਲਾਂਕਿ ਸੰਭਾਵਨਾਵਾਂ ਕਈ ਤਰ੍ਹਾਂ ਦੀਆਂ, ਕਹਿੰਦੇ ਡਾਕਟਰ ਦਾ ਮੁਕਾਬਲਾ ਡਾਕਟਰ ਨਾਲ ਵੀ ਹੈ, ਉਧਰੋਂ ਭਾਜਪਾ 'ਚ ਜਾ ਵੜੇ ਕੈਪਟਨ ਦੇ ਗੜ੍ਹ ਵਾਲੇ। ਡਰਾਈਵਰ ਸਾਹਿਬ ਕੀ ਨਾਮ ਹੈ? ਮੈਂ ਗੁਰਚਰਨ ਸਿੰਘ ਹੈ ਜੀ। ਗੁਰਚਰਨ ਜੀ, ਅੱਛਾ ਗੁਰਚਰਨ ਜੀ, ਐਤਕੀ ਜਿਹੜੀ ਸਿਆਸਤ ਦੀ ਗੱਡੀ ਚੱਲ ਰਹੀ ਹੈ, ਚਾਹੇ ਕੇਂਦਰ 'ਚ ਹੋਵੇ ਚਾਹੇ ਸੂਬੇ 'ਚ ਹੋਵੇ, ਤਾਂ ਕੀ ਲੱਗਦਾ ਕਿੰਨੀ ਕੈਵਰੇਜ ਦਊਗੀ?
ਐਵਰੇਜ ਤਾਂ ਸਾਨੂੰ ਪਤਾ ਨਹੀਂ ਜੀ, ਸਾਨੂੰ ਗੱਡੀਆਂ ਦੀ ਐਵਰੇਜ ਪਤਾ ਜੀ। ਅੱਛਾ, ਐਵਰੇਜ ਦਾ ਪਤਾ ਲੱਗ ਹੀ ਜਾਂਦਾ ਜੀ, ਐਵਰੇਜ ਦਾ ਪਤਾ ਲੱਗ ਜਾਂਦਾ। ਕਾਂਗਰਸ ਲੈ ਜੂਗੀ ਜੀ ਆਪਦੀ, ਕਾਂਗਰਸ ਡਾਕਟਰ ਧਰਮਵੀਰ ਗਾਂਧੀ ਤੇ ਦਾ ਖੇਡਣ ਨੂੰ ਫਿਰਦੀ ਆ। ਚਲੋ ਜੋ ਵੀ ਆ, ਮਤਲਬ ਕਹਿਣ ਦਾ ਮਤਲਬ ਕਾਂਗਰਸ ਲੈ ਜੂਗੀ ਪਟਿਆਲੇ ਚ ਕਾਂਗਰਸ। ਹਾਂਜੀ ਹਾਂ, ਨਾਲੇ ਕਹਿੰਦੇ ਪਟਿਆਲਾ ਤਾਂ ਹੈ ਹੀ ਕੈਪਟਨ ਦਾ। ਹਾਂਜੀ ਹਾਂ, ਕੈਪਟਨ ਦਾ ਤਾਂ ਹੈਗਾ ਜੀ, ਪਰ ਅੱਜ ਤੱਕ ਕੋਈ ਨੀ ਪਤਾ ਜੀ ਕੈਪਟਨ ਕਾਂਗਰਸ ਦਾ ਛੱਡ ਗਈ ਜੀ। ਠੀਕ ਹੈ। ਹਾਂਜੀ, ਅੱਗੇ ਦੇਖੋ ਹੁਣ ਕਿਹਦੇ ਆ ਸਰਕਾਰ, ਦੇਖੋ ਕਿਹਦੀ ਆ ਰਹੀ। ਜਦੋਂ ਕਾਂਗਰਸ ਛੱਡੀ ਉਦੋਂ ਕੀ ਲੱਗਿਆ ਵੀ ਆਹ ਕੀ ਹੋ ਗਿਆ, ਚਰਚਾ ਰਹੀ ਪਟਿਆਲੇ 'ਚ? ਨਹੀਂ ਦੇਖੋ, ਪੁਰਾਣੇ ਲੀਡਰ ਨੇ ਕਾਂਗਰਸ ਨਾਲ ਜੁੜੇ ਨੇ, ਚਰਚਾ ਤਾਂ ਸਰ ਹੁੰਦੀ ਹੈ। ਦੇਖੋ ਉਹਨਾਂ ਦੇ ਨਾਲ ਜਿਹੜੇ ਵਰਕਰ ਜਿਹੜੇ ਨੇ, ਉਹਨਾਂ ਦੇ ਮਨ ਨੂੰ ਭਾਵਨਾ ਨਾਲ ਠੇਸ ਪਹੁੰਚੀ ਵੀ ਦੇਖੋ ਇੱਕ ਬੰਦਾ ਇੰਨੇ ਸਾਲਾਂ ਦਾ ਪਾਰਟੀ ਨਾਲ ਜੁੜਿਆ, ਇੱਕਦਮ ਸਾਡਾ ਜਿਹੜਾ ਸੀਨੀਅਰ ਬੰਦਾ ਨਾਲ ਦੀ ਨਾਲ ਬਦਲ ਜੇ, ਅਤੇ ਉਹ ਜਿਹੜੇ ਪਿੱਛੇ ਜਿਹੜੀ ਉਹਦੀ ਫੌਜ ਸਾਰੀ ਰਗੜੀ ਜਾਂਦੀ ਹੈ। ਫਿਰ ਨਾਲੇ ਉਹ ਕਹਿੰਦੇ ਵੀ ਐਤਕੀ ਕਾਂਗਰਸ ਰਹਿ ਜੂਗੀ, ਤੁਸੀਂ ਕਹਿੰਦੇ ਫੌਜ ਰਗੜੀ ਗਈ ਕਾਂਗਰਸ ਦੀ? ਨਹੀਂ ਨਹੀਂ ਭਾਜੀ, ਕਾਂਗਰਸ ਨਹੀਂ ਆਉਂਦੀ, ਕਾਂਗਰਸ ਬਿਲਕੁਲ ਨਹੀਂ ਆਉਂਦੀ, ਕਿਉਂਕਿ ਕੈਪਟਨ ਨੇ ਕੰਮ ਹੀ ਇਹੋ ਜਿਹਾ ਕਰਿਆ। ਹਾਂ, ਕਾਂਗਰਸ ਤਾਂ ਹੁਣ ਆ ਹੀ ਨਹੀਂ ਸਕਦੀ, ਹੁਣ ਆਵੇ ਜਾਂ ਇਹੀ ਆਵੇ ਆਮ ਆਦਮੀ ਪਾਰਟੀ। ਅੱਛਾ, ਤੇ ਜਾਂ ਫਿਰ ਬੀਜੇਪੀ? ਜਾਂ ਬੀਜੇਪੀ ਜਾਂ ਡਾਕਟਰ ਬਲਬੀਰ ਆ ਸਕਦੇ ਆ, ਐਮਪੀ ਬਣ ਸਕਦੇ? ਹਾਂ, ਉਹਦਾ ਚਾਂਸ ਪੂਰਾ। ਸੈਂਟਰ ਦੇ ਵਿੱਚ ਜਿਹੜੀ, ਸੈਂਟਰ ਦੇ ਵਿੱਚ ਜਿਹੜੀ ਸਰਕਾਰ ਜਿਹੜੀ ਆ ਰਹੀ ਹੈ ਦੁਬਾਰਾ, ਨਰਿੰਦਰ ਮੋਦੀ ਦੀ ਆ ਰਹੀ ਸਰਕਾਰ, ਪੂਰੇ ਜੋਸ਼ ਦੇ ਜ਼ੋਰ ਨਾਲ ਆ ਰਹੀ ਹੈ। ਮੋਦੀ ਲੋਕਾਂ ਨੇ ਵੋਟਾਂ ਪਾਉਣੀਆਂ ਪਾਣੀਆਂ ਨੇ, ਪਰ ਲੋਕਾਂ ਨੂੰ ਜੋਸ਼ ਪਹਿਲਾਂ ਹੀ ਆਇਆ ਪਿਆ ਵੀ ਮੋਦੀ ਸਾਹਿਬ ਨੇ ਜੋ ਗੱਲ ਇਹ ਹੈ ਭਾਜੀ ਕਿ ਅਸੀਂ ਟੈਕਸੀ ਡਰਾਈਵਰ ਹਾਂ, 30 ਸਾਲ ਹੋ ਗਏ ਸਾਡੇ ਨਾਲ, ਸਵਾਰੀਆਂ ਜਾਂਦੀਆਂ ਰਹਿੰਦੀਆਂ, ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕੌਣ ਕਿੰਨੀ ਗੱਲ ਕਰ ਰਿਹਾ, ਪਰ ਸਾਨੂੰ ਇੰਨਾ ਪਤਾ ਵੀ ਮੋਦੀ ਆ ਸਕਦਾ ਦੁਬਾਰਾ। ਜੋ ਕੰਮ ਮੋਦੀ ਜੀ ਕਰਕੇ ਉਹਦੇ ਮੁਕਾਬਲੇ 'ਚ ਦੁਬਾਰਾ ਕੋਈ ਲੀਡਰ ਨਾ ਤਾਂ ਹੈ, ਨਾ ਮੋਦੀ ਦੇ ਮੁਕਾਬਲੇ ਕੋਈ ਲੀਡਰ, ਨਾ ਤਾਂ ਪੰਜਾਬ 'ਚ, ਨਾ ਹਰਿਆਣੇ 'ਚ, ਨਾ ਪੂਰੇ ਇੰਡੀਆ 'ਚ ਨਹੀਂ ਹੈਗਾ। ਸਾਰਾ ਕੁਝ ਦੇਤਾ ਜੀ, ਕਿਸਾਨ ਕਿਸਾਨੀ ਨਾਲ ਜੁੜੇ ਆ, ਪਿੰਡਾਂ 'ਚ ਰਹਿਣ ਵਾਲੇ ਆ, ਤੇ ਕਿਸਾਨ ਜਿਹੜੇ ਉਹ ਆਪਣੀ ਜਗ੍ਹਾ ਸੱਚ ਨੇ, ਪਰ ਜੋ ਮੋਦੀ ਦੇ ਕੰਮ ਦੇਸ਼ ਵਾਸਤੇ ਕੀਤੇ, ਦੇਸ਼ ਨੂੰ ਅੱਗੇ ਲਿਜਾਣ ਵਾਲੇ, ਦੇਖੋ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਹੈਗਾ। ਕਿਹੜੇ ਕੰਮ ਮੋਦੀ ਸਾਹਿਬ ਕਰ ਗਏ, ਕਿਹੜੇ ਕਿਹੜੇ ਕੰਮ? ਪੂਰਾ ਆਲ ਇੰਡੀਆ ਦੇ ਵਿੱਚ ਦੇਖੋ ਤੁਸੀਂ ਜੋ ਕੰਮ ਕਰ ਗਏ ਅੱਜ, ਕਿਹੜੇ ਕਿਹੜੇ ਕੰਮ? 500 ਸਾਲ ਜਿਹੜਾ ਰਾਮ ਮੰਦਿਰ ਦਾ ਸੀ ਮੁੱਦਾ, ਤੇ ਸਾਡੇ ਸਿੱਖ ਵੀ ਉਹ ਮੰਦਿਰ ਦੇ ਵਿੱਚ ਜਾਂਦੇ ਰਹੇ 500 ਸਾਲ, ਦੇਖੋ ਕਿੰਨੇ ਬੰਦਿਆਂ ਨੇ ਉਹ, ਦੇਖੋ ਕਿਸੇ ਵੀ ਧਰਮ 'ਚ, ਚਲੋ ਆਪਾਂ ਨਹੀਂ ਕੋਈ ਹਿੰਦੂ ਹੈ ਸਿੱਖ ਹੈ, ਧਰਮ ਦਾ ਧਰਮ ਹੀ ਹੈ, ਮੈਂ ਕਿਸੇ ਦੇ ਧਰਮ ਦੇ ਵਿਰੁੱਧ ਨਹੀਂ ਜਾਂਦਾ, ਪਰ ਜੋ ਮੋਦੀ ਜੀ ਕੀਤਾ ਕੰਮ, ਮੰਦਿਰ ਬਣ ਗਿਆ, ਰਾਮ ਮੰਦਿਰ ਬਣ ਗਿਆ ਇੱਕ ਕੰਮ, ਇਸ ਤੋਂ ਇਲਾਵਾ ਤੁਸੀਂ ਦੇਖੋ ਆਲ ਇੰਡੀਆ ਦੇ ਵਿੱਚ ਜੋ ਗਡਕਰੀ ਜੀ ਨੇ, ਅਸੀਂ ਰੋਡ ਤੇ ਗੱਡੀਆਂ ਚਲਾਉਂਦੇ ਆ, ਪਹਿਲਾਂ ਕੀ ਹਾਲ ਸੀ, ਅੱਜ ਜਾਲ ਵਿਛਾਤਾ, ਦੇਖੋ ਗੱਡੀਆਂ ਚਲਾਉਂਦੇ ਆ, ਸਾਨੂੰ ਪਤਾ ਲੱਗਦਾ ਅਸੀਂ ਤਾਂ ਟੈਕਸੀ ਡਰਾਈਵਰ ਆਲ ਇੰਡੀਆ ਘੁੰਮਦੇ ਰਹਿੰਦੇ ਆ, ਤੇ ਅੱਜ ਦੇਖੋ ਗਡਕਰੀ ਨੇ ਕਿੱਡੇ ਇਮਾਨਦਾਰ ਲੀਡਰ ਨੇ, ਦੇਸ਼ ਦੇ ਵਧੀਆ ਕੰਮ ਕਰ ਰਹੇ ਨੇ, ਹੋਰ ਇਹਦੇ ਨਾਲ ਵਧੀਆ। ਉਹਨੂੰ ਤਾਂ ਟਿਕਟ ਨਹੀਂ ਮਿਲ ਰਹੀ, ਕਰਕਰੇ ਨੂੰ ਤਾਂ ਟਿਕਟ ਨਹੀਂ ਦੇ ਰਹੇ, ਉਹ ਖੜੇ ਨਹੀਂ ਦੇ ਰਹੇ, ਤੂੰ ਕਰਕਰੇ ਦਾ ਕੀ ਕੰਮ ਕਰ ਰਿਹਾ? ਗਡਕਰੀ ਨਾਗਪੁਰ ਤੋਂ ਖੜ ਗਿਆ, ਕਿੱਥੇ ਖੜ ਗਿਆ? ਉਹਨੇ ਟਿਕਟ ਨਹੀਂ ਦੇ ਰਹੇ, ਉਹ ਨਾਗਪੁਰ ਤੋਂ ਖੜ ਟਿਕਟ ਨਹੀਂ ਦੇ ਰਹੇ, ਉਹਨਾਂ ਨੂੰ ਖੜ ਗਿਆ, ਉਹ ਛੱਡ ਗੱਲ। ਤੁਸੀਂ ਕੁਛ ਕਹਿ ਰਹੇ ਸੀਗੇ, ਕੀ ਲੱਗਦਾ ਹੈ ਕਿ ਕਿਹਦੀ ਸਿਆਸੀ ਹਵਾ ਜ਼ਿਆਦਾ ਜੀ ਪੰਜਾਬ ਦੇ ਵਿੱਚ? ਤਾਂ ਮੋਦੀ ਆ ਨਹੀਂ ਸਕਦਾ ਜੀ, ਠੀਕ ਹੈ, ਹਾਂ ਠੀਕ ਆ, ਬਾਕੀ ਜਿਹੜਾ ਮਰਜ਼ੀ ਆ ਜੇ, ਹੋਰ ਨਵੀਂ ਪਾਰਟੀ ਕੋਈ ਆ ਜਾਵੇ, ਮੋਦੀ ਨੇ ਪੰਜਾਬ ਦਾ ਤਾਂ ਬੇੜਾ ਗਰਕ ਕਰਿਆ ਪਿਆ ਜੀ, ਉਹ ਤਰੀਫਾ ਕਰਦੇ ਜੀ ਕਰੀ ਜਾਂਦਾ, ਹਾਂ ਪੰਜਾਬ ਦੇ ਵਿੱਚ ਕਰਿਆ ਕੀ ਆ ਜੀ, ਉਹਨੂੰ ਦੱਸੋ ਕੁਛ ਨਹੀਂ ਕਰਿਆ ਪੰਜਾਬ 'ਚ ਮੋਦੀ ਨੇ, ਹਾਂ ਉਹਨੇ ਭੇਜਿਆ ਜੀ ਪੈਸਾ ਪੂਸਾ ਜਿਹੜਾ ਪੰਜਾਬ ਤੇ ਹੱਥ ਲੱਗਿਆ, ਉਹਨਾਂ ਨੇ ਕੀ ਕਰਿਆ, ਉਹ ਤਾਂ ਪੈਸੇ ਖਾ ਰਿਹਾ, ਆਹ ਬੋਂਡਾ ਦਾ ਹੀ ਦੇਖ ਲਓ ਕਿੰਨੇ ਕਿੰਨੇ ਪੈਸੇ, ਕੰਪਨੀ ਦੀਆਂ ਉਹ ਫੇਲ ਹੋਈਆਂ ਹੋਈਆਂ, ਉਹ ਦੁਬਾਰਾ ਵੀ ਉਹਨਾਂ ਨੇ ਚੰਦਾ ਲੈ ਕੇ ਉਹਨਾਂ ਨੂੰ ਪਾਸ ਕਰਵਾਤੇ ਆ ਦਵਾਈਆਂ ਤੇ। ਉਮੀਦਵਾਰਾਂ ਦੀ ਗੱਲ ਕਰੀਏ, ਡਾਕਟਰ ਬਲਵੀਰ ਨੂੰ ਉਤਾਰਤਾ ਪ੍ਰਨੀਤ ਕੌਰ ਭਾਜਪਾ 'ਚੋਂ ਆ ਗਏ, ਕਾਂਗਰਸ ਵਾਲੇ ਡਾਕਟਰ ਧਰਮਵੀਰ ਗਾਂਧੀ ਨੂੰ ਲਾ ਸਕਦੇ ਨੇ, ਅਕਾਲੀ ਦਲ ਦਾ ਹਜੇ ਚਰਚਾ ਆ ਵੀ ਦੇਖੋ ਕਿਹੜਾ ਆਉਂਦਾ ਆ, ਕੀ ਲੱਗਦਾ ਜ਼ਿਆਦਾ ਵਧੀਆ ਕੌਣ ਆ? ਨਹੀਂ ਆ ਸਕਦਾ, ਅਕਾਲੀ ਸਰਕਾਰ ਨਹੀਂ ਆਉਂਦੀ ਜੀ। ਅੱਛਾ, ਹਾਂ ਇਹਨਾਂ ਨੇ ਬਹੁਤ ਬੇਅਦਬੀ ਕਰੀ, ਤਿੰਨ ਨੇ ਜਿਹੜੇ ਤਿੰਨ ਨੇ ਇਸ ਵਕਤ
ਪਰਨੀਤ ਕੌਰ ਰੇਸ 'ਚ ਹੈ ਕਿ ਨਹੀਂ ਹੈ? ਸਾਰੀ ਉਮਰ ਤਾਂ ਜੀ ਕਾਂਗਰਸ 'ਚ ਰਹੀ ਆ, ਰਾਜਾ ਸਾਰੀ ਉਮਰ ਕਾਂਗਰਸ 'ਚ ਰਿਹਾ, ਹੁਣ ਮੋਦੀ ਕੰਨੀ ਨੂੰ ਭੱਜ ਗਈ, ਇਹਨੂੰ ਕਿਹਨਾਂ ਨੇ ਡਾਕਟਰ ਬਨਾਮ ਡਾਕਟਰ, ਦੋਨੇ ਡਾਕਟਰਾਂ ਦੀ ਟੱਕਰ ਹੋ ਸਕਦੀ ਹੈ, ਡਾਕਟਰ ਬਲਬੀਰ ਸਿੰਘ ਡਾਕਟਰ ਧਰਮਵੀਰ ਗਾਂਧੀ ਦੀ, ਲੱਗਦਾ ਕਿਹਦਾ ਜਾ ਜ਼ਿਆਦਾ ਦਾ ਕਿਹਦਾ ਆ? ਪੰਜਾਬ 'ਚ ਤਾਂ ਜੀ ਕਾਂਗਰਸ ਹੀ ਹੈ ਜੀ। ਹਾਂਜੀ ਪ੍ਰਧਾਨ ਜੀ ਨੇ ਆਇਓ, ਤੇਰੀ ਵੀ ਕਹਿੰਦਾ ਡਰਾਈਵਰ ਆ ਪਟਿਆਲੇ ਵਾਲੇ ਆ ਕਿਸੇ ਤਨਖਾਹ, ਹਨਾ ਐਂ ਜਿਹਾ ਗਾਣਾ ਸੀਗਾ, ਉਹ ਕੈਨੇਡਾ ਵਾਲਾ ਆਉਂਦਾ ਤੁਸੀਂ ਪਟਿਆਲੇ ਵਾਲੇ ਹੋ ਗਏ, ਪ੍ਰਧਾਨ ਕਾਹਦੇ ਹੋ ਟੈਕਸੀ ਯੂਨੀਅਨ ਦੇ? ਐ ਕੋਈ ਫਾਇਦਾ ਫੂਦਾ ਗੱਡੀ ਗੁੱਡੀ ਚਲਾਉਣ 'ਚ ਕਿ ਨਹੀਂ? ਨਹੀਂ ਨਹੀਂ ਕੋਈ ਫਾਇਦਾ ਨਹੀਂ, ਹੁਣ ਕੋਈ ਫਾਇਦਾ ਨਹੀਂ ਇਸ ਟਾਈਮ ਪਰ। ਹੁਣੇ ਤਾਂ ਤਾਰੀਫਾਂ ਕਰੀ ਜਾਂਦੇ ਸੀਗੇ ਮੋਦੀ ਸਰਕਾਰ ਦੀਆਂ, ਹੁਣ ਕਹਿੰਦੇ ਫਾਇਦਾ ਕੋਈ ਨਹੀਂ ਸਰਕਾਰ ਦੀ ਨੇ ਗੱਡੀ ਦੇ ਵੀ, ਅੱਜ ਕੱਲ੍ਹ ਹੁਣ ਕਮਾਈ ਵਾਲਾ ਕੰਮ ਨਹੀਂ ਹੈਗਾ ਟੈਕਸੀ ਦਾ, ਰਸਤੇ ਹੀ ਬੰਦ ਕਰਤੇ ਆ ਹਰਿਆਣਾ ਮੋਦੀ ਵਾਲਿਆਂ ਨੇ, ਤਾਂ ਪੰਜਾਬ ਦੇ ਹਰਿਆਣਾ ਕਿਸਾਨਾਂ ਕਰਕੇ ਕਿਸਾਨਾਂ ਦੇ ਅਸੀਂ ਦੇਖੋ ਉਹ ਕਿਸਾਨਾਂ ਦਾ, ਹਾਂ ਉਹ ਮੋਦੀ ਨੇ ਕੁਛ ਨਹੀਂ ਕਰਿਆ, ਜੇ ਮੋਦੀ ਕਿਸਾਨਾਂ ਨੇ ਮੋਦੀ ਅੱਗੇ ਮਸਲਾ ਰੱਖਿਆ ਤਾਂ ਮੋਦੀ ਨੂੰ ਮੰਨੇਗਾ, ਠੀਕ ਹੈ? ਕਿਉਂ ਨਹੀਂ ਕਹਿਣਾ ਕਿਸਾਨਾਂ ਦਾ, ਤਾਂ ਕਹਿਣਾ ਮੰਨਣਾ ਚਾਹੀਦਾ। ਪਰ ਮੋਦੀ ਨੇ ਜਿਹੜੇ 5-5 ਲੱਖ ਦਾ ਹਸਪੀਟਲ ਜਾਓ ਇਲਾਜ ਕਰਾਓ ਫ੍ਰੀ, ਆਯੁਸ਼ਮਾਨ ਕਾਰਡ, ਆਯੁਸ਼ਮਾਨ ਕਾਰਡ ਸਾਰੇ ਕਰਾ ਕੇ, ਸਾਡੇ ਬੰਦੇ ਵੀ ਕਰਾ ਕੇ ਆਏ ਨੇ, ਬਹੁਤ ਫਾਇਦੇ ਹੋਏ ਨੇ ਭਾਜੀ, ਐਸੀ ਗੱਲ ਨਹੀਂ। ਚੌਲ ਦਾ ਦੇਖੋ, ਕਣਕ ਦਾਲ ਆਟਾ ਚੌਲ ਜੋ ਮੋਦੀ ਦੇ ਰਿਹਾ, ਜੇ ਉਹਦਾ ਖਾ ਕੇ ਗੁਣ ਨਾ ਗਈਏ ਤਾਂ ਫਿਰ ਮਾੜੀ ਗੱਲ। ਹੁਣ ਸਾਡੇ ਜਿੰਨੇ ਪੰਜਾਬ ਦੇ ਬੰਦੇ ਬੈਠੇ ਨੇ ਮਿਹਨਤ ਨਹੀਂ ਕਰਦੇ, ਨਹੀਂ ਮਿਹਨਤ ਕਰ ਰਹੇ ਆ। ਦੇਖੋ ਜਿਹੜੇ ਹੁਣ ਬੰਦੇ ਲੋੜਵੰਦ ਨੇ, ਜਿਹਨਾਂ ਦੇ ਕਾਰਡ ਬਣੇ, ਗਰੀਬ ਨੇ, ਨਹੀਂ ਸਰਦਾ ਉਹਨਾਂ ਦਾ, ਦੇਖੋ ਅਗਲਾ ਕਰ ਰਿਹਾ, ਜਿਹੜਾ ਨਹੀਂ ਸਹੀ ਉਹ ਨਹੀਂ ਲੈਂਦਾ, ਜਿਹੜਾ ਬਿਲਕੁਲ। ਦੇਸ਼ ਦੀ ਆਬਾਦੀ ਕਿੰਨੀ ਆ? ਦੇਸ਼ ਦੀ ਆਬਾਦੀ 1 ਅਰਬ ਤੇ 40 ਕਰੋੜ, ਤੇ ਕਿੰਨੇ ਲੋਕਾਂ ਨੂੰ ਮੁਫਤ ਅਨਾਜ ਜਾਂਦਾ? ਘੱਟ ਤੋਂ ਘੱਟ ਵੀ 1 ਅਰਬ ਬੰਦਿਆਂ ਤੋਂ ਜਾ ਰਿਹਾ, 80 ਕਰੋੜ ਸਰਕਾਰ ਕਹਿੰਦੀ ਹੈ, ਚਲੋ ਆਪਾਂ 50% ਤੋਂ ਜ਼ਿਆਦਾ, ਤੇ ਗਰੀਬੀ ਕਿੰਨੀ ਹੋਈ ਦੇਸ਼ 'ਚ, ਇਹ ਕਾਰਨ ਕੀ ਹੈ, ਇਹ ਗਰੀਬੀ ਦੂਰ ਕਿਉਂ ਨਹੀਂ ਕੀਤੀ, ਮੁਫਤ ਅਨਾਜ ਕਿਉਂ ਦੇਣਾ? ਇਹ ਗਰੀਬੀ ਤਾਂ ਸਾਡੇ ਦੇਖੋ, ਜਿਹੜੇ ਦੇਸ਼ ਤੋਂ ਦੂਜੇ ਸਟੇਟਾਂ ਤੋਂ ਲੋਕ ਆ ਰਹੇ, ਬੰਗਲਾਦੇਸ਼ੀ ਸਾਡੇ ਦੇਸ਼ 'ਚ ਬਹੁਤ ਜ਼ਿਆਦਾ ਵੜੇ ਜਾ ਰਹੇ ਨੇ, ਠੀਕ ਹੈ? ਸਾਡੇ ਮਿਲੀ ਭੁਗਤ ਨਾਲ ਜਿਹੜੇ ਸਾਡੇ ਕਈ ਲੀਡਰ ਨੇ, ਜਿਹਨਾਂ ਨੇ ਵੋਟਾਂ ਦੇ ਖਾਤਰ ਉਹਨਾਂ ਦੇ ਆਧਾਰ ਕਾਰਡ ਬਣੇ ਬਣਾਏ ਜਾ ਰਹੇ ਨੇ, ਪੰਜਾਬੀ ਨੂੰ ਕਿਸੇ ਵੀ ਸਟੇਟ 'ਚ ਨੌਕਰੀ ਨਹੀਂ ਦਿੰਦੇ, ਕਿਸੇ ਵੀ ਸਟੇਟ 'ਚ ਚਲੋ ਜਾਓ ਪੰਜਾਬੀ ਨੂੰ ਨੌਕਰੀ ਨਹੀਂ ਦਿੰਦੇ। ਜੇ ਕਿਸੇ ਸਟੇਟ ਦੇ ਵਿੱਚ, ਜੇ ਕਿਸੇ ਸਟੇਟ ਦੇ ਵਿੱਚ ਕਿਸੇ ਪੰਜਾਬੀ ਨੂੰ ਗਲਤੀ ਨਾਲ ਨੌਕਰੀ ਮਿਲ ਗਈ ਜਾਂ ਅਫਸਰ ਲੱਗ ਗਿਆ, ਉਹਦੀ ਖਿੱਚ ਤੂੰ ਕਰ ਦਿੰਦੇ ਨੇ। ਆ ਪਿੱਛੇ ਜੀ ਤੁਸੀਂ ਦੇਖਿਆ ਸੀ, ਇੱਕ ਵਧੀਆ ਸਰਦਾਰ ਜੀ ਅਫਸਰ ਸੀਗੇ, ਪੁਲਿਸ ਅਫਸਰ, ਉਹਨਾਂ ਨੂੰ ਇਹ ਕਹਿ ਕੇ ਕਿਹਾ ਗਿਆ ਵੀ ਕਿ ਵੀ ਇਹ ਸਰਦਾਰ ਹੈ, ਪੱਗ ਬੰਨ੍ਹੀ ਹੋਈ ਉਹਨਾਂ ਦੇ, ਕਿ ਵੀ ਇਹ ਬੰਦਾ ਗਲਤ ਹੈ, ਅਤੇ ਇਹਦਾ ਮਤਲਬ ਖਾਲਿਸਤਾਨੀ ਕਿਹਾ ਸੀ, ਖਾਲਿਸਤਾਨੀ ਕਿਹਾ ਸੀਗਾ। ਤੇ ਉਰੇ ਪੰਜਾਬ 'ਚ ਦੁਨੀਆ ਭਰ ਤੋਂ ਲੋਕ ਆ ਕੇ, ਕੋਈ ਹਿਮਾਚਲ ਤੋਂ, ਇੱਕ ਦੀ ਮਨਸ਼ਾ ਇਹ ਜੀ ਆ ਉਹਦਾ, ਨਹੀਂ ਹੁਣ ਸਮਝੋ ਗੱਲ ਹੈ, ਚਲੋ ਇਹ ਸੋਚ ਪੰਜਾਬੀ ਨਹੀਂ ਰੱਖਦੇ। ਚਰਚਾ ਜਿਹੜੀ ਕਰ ਰਹੇ ਹਾਂ ਆਪਾਂ ਪਟਿਆਲੇ ਦੀ ਕਰਦੇ ਹਾਂ, ਪਟਿਆਲੇ 'ਚ ਕਿਹੜੇ ਕੰਮ ਕੈਪਟਨ ਨੇ ਕਰਵਾ ਤੇ ਅਤੇ ਕਿਹੜੇ ਨਹੀਂ ਹੋਏ, ਅਤੇ ਐਤਕੀ ਕਿਹੜੇ ਕੰਮਾਂ 'ਤੇ ਵੋਟ ਪਾਉਂਗੇ? ਪਟਿਆਲੇ ਜੀ ਜਿਹੜੇ ਕੰਮ ਜਿੰਨੇ ਕਰਾਏ ਆ ਕੈਪਟਨ ਨੇ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕਰਾਏ, ਕਿਸੇ ਵੀ ਸਰਕਾਰ ਨੇ ਨਹੀਂ ਕਰਾਏ। ਪਹਿਲੋਂ ਕੈਪਟਨ ਸਾਹਿਬ ਅਕਾਲੀ ਸਰਕਾਰ 'ਚ ਰਹੇ ਹੈ, ਠੀਕ ਹੈ ਜੀ, ਬਹੁਤ ਪੁਰਾਣੀ ਗੱਲ ਹੈ। ਉਸ ਤੋਂ ਬਾਅਦ ਕਾਂਗਰਸ 'ਚ ਆਏ ਹੈ, ਠੀਕ ਹੈ ਜੀ, ਉਹਨਾਂ ਨੇ ਕਾਂਗਰਸ 'ਚ ਆ ਕੇ ਮੁੱਖ ਮੰਤਰੀ ਬਣੇ, ਉਹਨਾਂ ਨੇ ਬਥੇਰੇ ਕੰਮ ਕਰਾਏ ਆ ਪਟਿਆਲੇ ਦੇ ਲਈ। ਹੋ ਸਕਦਾ ਉਹ ਪਟਿਆਲੇ ਨੂੰ ਪੈਰਿਸ ਵੀ ਬਣਾ ਦਿੰਦੇ, ਜੇ ਉਹਦੀ ਸਹੀ ਤਰੀਕੇ ਨਾਲ ਉਹਨੂੰ ਚੱਲਣ ਦੇ ਦਿੰਦੇ। ਨਾਲੇ ਕਹਿੰਦਾ ਮੀਂਹ ਮੂੰਹ ਪੈਂਦਾ ਤਾਂ ਬਣ ਵੀ ਜਾਂਦਾ, ਕਈ ਵਾਰੀ ਬਣ ਵੀ ਜਾਂਦਾ, ਬਣ ਮੀਂਹ ਜਦੋਂ ਪੈਂਦਾ ਪਿੱਛੇ ਦੇ ਘੱਗਰ ਟੁੱਟਿਆ ਪਾਣੀ ਆਇਆ ਪੈਰਿਸ ਹੀ ਸੀਗਾ ਕਹਿੰਦੇ। ਇੱਕ ਮੈਂ ਦੱਸਦਾ, ਕੋਈ ਮੁੱਖ ਮੰਤਰੀ ਘੱਗਰ ਨੂੰ ਨਾ ਜਾ ਕੇ ਤੋੜਨ ਨਹੀਂ ਜਾਂਦਾ, ਠੀਕ ਹੈ, ਠੀਕ ਹੈ, ਉਹ ਮੀਂਹ ਪੈਂਦਾ ਕੁਦਰਤ ਦਾ ਮੀਂਹ ਪੈਂਦਾ, ਪਰ ਉਹ ਤੋਂ ਬਚਾਉਂਦਾ ਇਹ ਸੀਗਾ। ਐਤਕੀ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਮੈਂ ਉਹਨਾਂ ਨੇ ਇੰਟਰਵਿਊ ਕੀਤੀ, ਉਹ ਕਹਿੰਦੇ ਮੇਰੇ ਕੋਲ ਨਾ ਪਲਾਨ ਹੈ,
ਵੀ ਪੰਜਾਬ ਜਿਹੜਾ ਪਟਿਆਲੇ ਨੂੰ ਘੱਗਰ ਦੀ ਮਾਰ ਪੈਂਦੀ ਹੈ ਉਹ ਪਲਾਨ ਮੇਰੇ ਕੋਲ ਹੈਗਾ ਜੇ ਮੈਂ ਐਮ ਪੀ ਬਣ ਗਿਆ ਸਭ ਤੋਂ ਪਹਿਲਾਂ ਮੈਂ ਆਹੀ ਕੰਮ ਕਰਾਉਣਾ ਵੀ ਪਟਿਆਲੇ ਦੇ ਲੋਕਾਂ ਨੂੰ ਘੱਗਰ ਦੀ ਮਾਰ ਤੋਂ ਬਚਾਉਣਾ ਜੀ ਹੁਣ ਇਸ ਟਾਈਮ ਤੱਕ ਆਮ ਆਦਮੀ ਪਾਰਟੀ ਕਹਿੰਦੇ ਹੁਣ ਆਈ ਹੈ ਪੰਜਾਬ 'ਚ ਨਹੀਂ ਆਈ ਤਾਂ ਹੈਗੀ ਫਿਰ ਪਲਾਨ ਤਾਂ ਸ਼ੁਰੂ ਕਰ ਦੇਣਾ ਇਹਨਾਂ ਨੂੰ ਹੁਣ ਪਾਸ ਕਰਨਾ ਤਾਂ ਕਰਨਾ ਚਾਹੀਦਾ ਜਿਹੜੇ ਉਹਨਾਂ ਦੇ ਐਮ ਪੀ ਖੜੇ ਉਹ ਜਿੱਤ ਜਾਂਦੇ ਜੇ ਉਹ ਪਲਾਨ ਸ਼ੁਰੂ ਕਰ ਦਿੰਦੇ ਉਹਨੂੰ ਬਣਾਉਣਾ ਸ਼ੁਰੂ ਕਰ ਦਿੰਦੇ ਉਹ ਇਹਨਾਂ ਦੇ ਐਮ ਪੀ ਜਿੱਤ ਜਾਂਦੇ ਉਹਨੂੰ ਐਤਕੀ ਲੱਗਦਾ ਐਤਕੀ ਤਾਂ ਦੇਖੋ ਜੋ ਜਿਹੜੀ ਪਬਲਿਕ ਰਾਜੇ ਦੇ ਨਾਲ ਹੈ ਉਹ ਭਾਵੇਂ ਆਪਣੇ ਕੁੱਤੇ ਨੂੰ ਖੜਾ ਕਰੇ ਭਾਵੇਂ ਘਰ ਵਾਲੀ ਨੂੰ ਖੜਾ ਕਰੇ ਉਹੀ ਜਿੱਤਣਗੇ ਉਹੀ ਜਿੱਤਣ ਸਹਿਮਤ ਹੋ ਹਾਂਜੀ ਹਾਂਜੀ ਸਹਿਮਤ ਹੋ ਕੱਟ ਕੇ ਕਹੋ ਨਾ ਸਹਿਮਤ ਹੋ ਸਹਿਮਤ ਆ ਮਹਾਰਾਜ ਵਾਹਿਗੁਰੂ ਕੀ ਫਤਿਹ ਜੀ ਸਮਾਪਤੀ ਕਰਤੀ ਇਹਨਾਂ ਨੇ ਪਰ ਅੱਗੇ ਚੱਲਦੇ ਆ ਹੋਰ ਲੋਕਾਂ ਤੋਂ ਪੁੱਛਦੇ ਆ ਕਿ ਪਟਿਆਲਾ ਦੀ ਸਿਆਸੀ ਨਬਜ ਹੈ ਉਹ ਕੀ ਕਹਿੰਦੀ ਹੈ ਬਹੁਤ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਕਿਵੇਂ ਚੱਲਦਾ ਟਾਈਮ ਫਿਰ ਬਸ ਠੀਕ ਹੈ ਚੱਲੀ ਜਾਂਦਾ ਹੋਰ ਇਹ ਟਾਈਮ ਜਿਹੜੀ ਸਿਆਸੀ ਜਮਾਤ ਹੈ ਉਹਦਾ ਕਿਵੇਂ ਚੱਲਦਾ ਬਸ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੁਣ ਕੀ ਕਹੀਏ ਇਹਨਾਂ ਦੇ ਬਾਰੇ ਕੁਛ ਨਹੀਂ ਕਹਿ ਸਕਦੇ ਵੋਟਾਂ ਫਿਰ ਆ ਗਈਆਂ 2 ਸਾਲਾਂ ਬਾਅਦ ਹਨਾ ਪਹਿਲਾਂ 2 ਸਾਲ ਪਹਿਲਾਂ ਆਈਆਂ ਸੀ ਐਤਕੀ ਕੀ ਲੱਗਦਾ ਤੁਹਾਡੇ ਜਿਹੜੇ ਪਟਿਆਲਾ ਲੋਕ ਸਭਾ ਹਲਕੇ 'ਚੋਂ ਜ਼ਿਆਦਾ ਭਾਰ ਕਿਹਦਾ ਹੋਊਗਾ ਭਾਰ ਤਾਂ ਹੁਣ ਇਸ ਵਾਰੀ ਤਾਂ ਆਮ ਪਾਰਟੀ ਦਾ ਮੁਸ਼ਕਲ ਹੀ ਹੈ ਮੁਸ਼ਕਲ ਹੀ ਹੈ ਹਾਂ ਕਾਰਨ ਕੰਮ ਕਾਰ ਤਾਂ ਕੁਛ ਕਰੇ ਨਹੀਂ ਉਹਨੇ ਅੱਛਾ ਨਾਲੇ ਉਹ ਕਹਿੰਦੇ 4 ਗਰੰਟੀਆਂ ਦੇਤੀਆਂ 5 'ਚੋਂ ਵੱਡੇ ਵੱਡੇ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਕਰਤੇ ਹੋ ਬੜਾ ਕੁਛ ਗਣਾਈ ਜਾਂਦੇ ਨੇ ਉਹਦਾ ਕੁਛ ਨਹੀਂ ਹੋਇਆ ਬਸ ਠੀਕ ਹੈ ਜੋ ਹੋ ਰਿਹਾ ਬਸ ਆਪਣੀ ਮਰਜ਼ੀ ਦੇ ਉਹਨਾਂ ਦਾ ਹੋ ਰਿਹਾ ਅੱਛਾ ਹਾਂ ਕੀ ਲੱਗਦਾ ਚੰਗਾ ਕੌਣ ਹੈ ਚੰਗਾ ਤਾਂ ਹੁਣ ਕੋਈ ਨਹੀਂ ਜਿਹੜਾ ਸੀਟ 'ਤੇ ਬੈਠਦਾ ਉਹੀ ਚੰਗਾ ਹੈ ਬਸ ਕਹਿੰਦੇ ਪ੍ਰਨੀਤ ਕੌਰ ਵੀ ਖੜ੍ਹੇ ਹੋ ਗਏ ਉੱਧਰੋਂ ਡਾਕਟਰ ਬਲਬੀਰ ਸਿੰਘ ਲੜ ਰਹੇ ਨੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਫਿਰ ਕਹਿੰਦੇ ਉੱਧਰੋਂ ਸ਼ਾਇਦ ਕਾਂਗਰਸ ਡਾਕਟਰ ਧਰਮਵੀਰ ਗਾਂਧੀ ਆ ਜਾਣਗੇ ਅਕਾਲੀ ਵੀ ਲੱਭੀ ਜਾਂਦੇ ਲੀਡਰ ਆਪਦਾ ਕੋਈ ਦੇਖੋ ਹੁਣ ਜਿਹੜਾ ਮੌਕਾ 'ਤੇ ਪਤਾ ਲੱਗਿਆ ਵੀ ਕੋਈ ਕਿਹੜਾ ਸਰਕਾਰ ਕਿਹਦੀ ਚਾਹੀਦੀ ਹੈ ਕੈਪਟਨ ਦੇ ਗੜ ਦਾ ਕੁਛ ਹੈ ਵੀ ਕੈਪਟਨ ਆਪਦਾ ਗੜ ਬਚਾ ਲੈਣਗੇ ਨਾ ਕੈਪਟਨ ਦੀ ਹੈਗੀ ਆ ਹਾਲਾਂਕਿ ਕਾਂਗਰਸ ਛੱਡ ਕੇ ਭਾਜਪਾ ਜਾ ਭਾਜਪਾ ਦਾ ਵੀ ਦੇਖੋ ਚਾਂਸ ਆ ਜਾਵੇ ਤਾਂ ਕਹਿ ਨਹੀਂ ਸਕਦੇ ਤਾਂ ਜਾਂ ਕਾਂਗਰਸ ਹੈਗੀ ਆ ਇਹ ਭਾਜਪਾ ਦੋਨਾਂ 'ਚ ਇੱਕ ਆਈ ਜਾਂ ਕਾਂਗਰਸ ਜਾਂ ਭਾਜਪਾ ਹਾਂ ਦੋਨਾਂ 'ਚ ਇੱਕ ਆਮ ਆਦਮੀ ਪਾਰਟੀ ਨਹੀਂ ਆਮ ਨਹੀਂ ਆ ਜੋ ਕਹਿੰਦੇ ਚੋਣਾਂ ਆ ਗਈਆਂ ਹਾਂਜੀ ਆ ਗਈਆਂ ਪ੍ਰਚਾਰ ਸ਼ੁਰੂ ਹੋ ਗਿਆ ਹਾਂਜੀ ਹਾਂ ਹੋ ਗਿਆ ਫਿਰ ਕਿਹਦਾ ਪ੍ਰਚਾਰ ਵਧੀਆ ਲੱਗ ਰਿਹਾ ਪ੍ਰਚਾਰ ਜੋ ਸਹੀ ਕੰਮ ਕਰੇਗੀ ਉਹਨਾਂ ਦੇ ਪ੍ਰਚਾਰ ਕਰਾਂਗੇ ਜੋ ਵਧੀਆ ਚੱਲੇ ਚਲੋ ਜੋ ਵਧੀਆ ਚੱਲੇ ਜਾਣਗੇ ਤੇ ਉਹਨਾਂ ਨਾਲ ਆਪਾਂ ਫੰਝੇ ਹੀ ਆ ਨਾਲ ਹੀ ਆ ਕੌਣ ਵਧੀਆ ਕੰਮ ਕਰ ਰਿਹਾ ਹੁਣ ਦੇਖੋ ਆਮ ਪਾਰਟੀ ਆ ਰਹੀ ਹੈ ਹੋਰ ਕਾਂਗਰਸ ਵੀ ਜ਼ੋਰ ਚੱਲ ਰਿਹਾ ਹੁਣ ਜਿਸ ਤਰ੍ਹਾਂ ਅਕਾਲੀ ਵੀ ਆ ਰਹੇ ਹੈ ਅਕਾਲੀ ਦਲ ਦਾ ਵੀ ਜ਼ੋਰ ਪੂਰਾ ਕਰ ਰਿਹਾ ਆਪਣਾ ਉਹ ਕਹਿੰਦਾ ਪੰਜਾਬ ਬਚਾਓ ਪੰਜਾਬ ਦਾ ਪਹਿਲਾਂ ਖਾ ਗਏ ਤਾਂ ਹੁਣ ਕਿਆ ਪਤਾ ਨਹੀਂ ਹੁਣ ਪੰਜਾਬ ਬਚ ਜੂ ਦੇਖੋ ਜੀ ਜੇ ਪੰਜਾਬ ਦਾ ਬਚ ਜਾਓ ਇਹ ਫਿੱਦੇ ਹੋ ਜਾਣਗੇ ਤਾਂ ਪੰਜਾਬ ਬਚ ਜਾਓ ਅੱਛਾ ਨਹੀਂ ਤਾਂ ਫਿਰ ਪੰਜਾਬ ਦਾ ਹੈ ਪੰਜਾਬ ਦਾ ਪਹਿਲਾਂ ਹੀ ਹਰਾ ਸੀ ਹੁਣ ਵੀ ਹਰਾ ਰਹੇਗਾ ਪੰਜਾਬ ਕਦੇ ਨਹੀਂ ਮਰਦਾ ਆਹ ਸੋਚ ਚਾਹੀਦੀ ਆ ਅੱਛਾ ਕੀ ਲੱਗਦਾ ਐਤਕੀ ਜਿਹੜਾ ਜ਼ੋਰ ਚੱਲ ਰਿਹਾ ਹੈ ਜ਼ੋਰ ਵੀਰ ਕਿਹਦਾ ਜ਼ੋਰ ਤਾਂ ਦੇਖੋ ਜੀ ਤੁਹਾਡੇ ਸਾਹਮਣੇ ਸਾਰਿਆਂ ਦਾ ਹੀ ਜ਼ੋਰ ਹੈ ਕਾਂਗਰਸ ਦਾ ਵੀ ਜ਼ੋਰ ਹੈ ਅਕਾਲੀ ਦਾ ਵੀ ਜ਼ੋਰ ਹੈ ਔਰ ਬੀਜੇਪੀ ਦਾ ਵੀ ਜ਼ੋਰ ਹੈ ਆਮ ਪਾਰਟੀ ਦਾ ਵੀ ਜ਼ੋਰ ਹੈ ਕਹਿੰਦੇ ਕੈਪਟਨ ਦੀ ਬੱਲੇ ਬੱਲੇ ਹੁੰਦੀ ਸੀ ਨਾ ਹਨਾ ਕੈਪਟਨ ਹੁਣ ਭਾਜਪਾ ਜਾ ਆਪਣੇ ਫਰਜ਼ੀ ਇਸ ਤਰ੍ਹਾਂ ਹੈ ਕੈਪਟਨ ਕੁਪਟਨ ਜਿਹੜੇ ਹੈ ਸਾਰੇ ਆਪਣੀ ਜਗ੍ਹਾ ਸਹੀ ਹੈ ਸਾਰੇ ਆਪਣੀ ਜਗ੍ਹਾ 'ਤੇ ਜ਼ੋਰ ਲਾਉਂਦੇ ਹੈ ਅਸੀਂ ਅੱਗ ਵੱਧ ਚੜ੍ਹ ਕੇ ਆਈਏ ਪਰ ਪਬਲਿਕ ਵੀ ਸਾਥ ਦੇਵੇ ਉਹਨਾਂ ਦਾ ਤਾਂ ਹੀ ਹੈ ਨਾ ਠੀਕ ਹੈ ਪਬਲਿਕ ਸਾਥ ਦੇਗੀ ਪਬਲਿਕ ਜਿਹਨੂੰ ਚੰਗਾ ਕੰਮ ਲੱਗਿਆ ਉਹਨੂੰ ਵੋਟ ਪਾ ਦੇਗੀ ਕਿਹਦਾ ਲੱਗਦਾ ਤੁਹਾਨੂੰ ਕੀ ਲੱਗਦਾ ਮੈਂ ਉਹੀ ਜਾਣਨਾ ਚਾਹੁੰਦਾ ਵੀ ਕਿਹਦਾ ਜ਼ੋਰ ਲੰਬੇ ਚੌੜੇ ਵਿਚਾਰਾਂ 'ਚ ਆਪਾਂ ਨਹੀਂ ਕਹਿਣਾ ਜੋ ਜਿਹਦੇ ਨਾਲ ਜਿਹੜਾ ਕੋਈ ਚੰਗਾ ਕੰਮ ਕਰੇਗਾ ਉਹਦੇ ਨਾਲ ਵੋਟ ਪੈ ਜਾਏਗੀ ਸਿਆਸੀ ਸਮਾਂ ਕਿਹਦਾ ਵਧੀਆ ਸਿਆਸੀ ਸਮਾਂ ਸਭ ਦਾ ਵਧੀਆ
ਐਤਕੀ ਫਿਰ ਕੀ ਲੱਗਦਾ ਐਤਕੀ ਪ੍ਰਚਾਰ ਕਰਨ ਵਾਲੇ ਆਉਣ ਲੱਗ ਪਏ? ਪ੍ਰਚਾਰ ਵਾਲੇ ਵੀ ਆਉਣਗੇ, ਆਉਂਦੇ ਹੀ ਰਹਿੰਦੇ ਹਰ ਵਾਰੀ। ਕੀ ਲੱਗਦਾ ਐਤਕੀ ਮਤਲਬ ਜ਼ਿਆਦਾ ਜ਼ੋਰ ਕਿਹਦਾ ਆ? ਕੁਛ ਨਹੀਂ ਕਹਿ ਸਕਦੇ ਜੀ, ਕੁਛ ਨਹੀਂ ਕਹਿ ਸਕਦੇ, ਕੁਛ ਨਹੀਂ ਕਹਿ ਸਕਦੇ। ਅੱਛਾ, ਭਾਜਪਾ 'ਚ ਜਾਵੜੇ ਕੈਪਟਨ ਸਾਹਿਬ ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਕਹਿੰਦੇ ਲੋਕ ਸਭਾ ਹਲਕਾ ਪਟਿਆਲਾ ਕੈਪਟਨ ਸਾਹਿਬ ਦਾ ਗੜ੍ਹ ਸੀ, ਐਤਕੀ ਗੜ੍ਹ ਉਹ ਰਹੂਗਾ ਕਾਇਮ ਜਾਂ ਟੁੱਟ ਗਿਆ? ਦੇਖੋ ਜੀ, ਲੋਕਾਂ ਦਾ ਕੋਈ ਪਤਾ ਤਾਂ ਨਹੀਂ ਹੈ ਇਸ ਵਿਚਾਰ ਦੇ ਬਾਰੇ, ਕਰਦੇ ਕਹਿੰਦੇ ਕੁਛ ਨੇ, ਪਾਉਂਦੇ ਕੁਛ ਨੇ, ਬਾਕੀ ਤਾਂ ਕੁਛ ਨਹੀਂ ਕਹਿ ਸਕਦੇ ਆਪਾਂ। ਹਾਂਜੀ, ਆਮ ਆਦਮੀ ਪਾਰਟੀ ਨੇ ਆਪਦੇ ਮੰਤਰੀ ਨੂੰ ਖੜਾ ਕਰਤਾ। ਹਾਂਜੀ ਹਾਂਜੀ, ਮੰਤਰੀ ਨੂੰ ਖੜਾ ਕੀਤਾ, ਆਏ ਸੀਗੇ, ਕੱਲ੍ਹ ਹੋ ਕੇ ਗਏ ਨੇ। ਅੱਛਾ, ਕੱਲ੍ਹ ਪਤਾ ਫੋਟੋ ਕੰਮ ਖਿਚਾਇਆ ਤਾਂ ਕੱਲ੍ਹ ਕਿ ਪਰਸੋਂ? ਪਰਸੋਂ ਆਇਆ ਤਾਂ ਸੀਗਾ ਬੰਦਾ। ਕੀ ਲੱਗਦਾ ਫਿਰ ਕੰਮ ਕੁੰਮ ਠੀਕ ਕਰਦੇ ਸੀਗੇ ਕਿਵੇਂ? ਸਭ ਵਧੀਆ ਨੇ, ਸਭ ਵਧੀਆ ਨੇ, ਸਭ ਵਧੀਆ ਨੇ ਜੀ। ਜੇ ਮੁੱਦੇ ਦੀ ਗੱਲ ਕਰੀਏ, ਵੋਟ ਪਾਉਣ ਜਾਓਗੇ ਤਾਂ ਕੀ ਰਹੂਗਾ ਧਿਆਨ 'ਚ, ਕਿਹੜਾ ਮੁੱਦਾ? ਇਸ ਬਾਰੇ ਕੁਛ ਨਹੀਂ ਕਹਿ ਸਕਦੇ, ਉੱਥੇ ਜਾ ਕੇ ਕਿਆ ਪਤਾ ਕਿਆ ਵਿਚਾਰ ਬਣਦਾ। ਲਿਆ ਬੇਟਾ ਸਰ, ਕਹਿੰਦੇ ਉੱਥੇ ਜਾ ਕੇ ਪਤਾ ਨਹੀਂ ਕੀ ਵਿਚਾਰ ਬਣਨਾ ਆ, ਇਹ ਬੜਾ ਟ੍ਰਿਕੀ ਜਿਹਾ ਤੁਹਾਡਾ ਜਵਾਬ ਹੈ। ਨਮਸਕਾਰ ਜੀ, ਕਿਵੇਂ ਹੋ? ਠੀਕ ਹੋ? ਵਧੀਆ ਹੈ ਜੀ, ਵਧੀਆ ਚਾਹੀਦਾ, ਕੰਮ ਕਾਰ ਠੀਕ ਹੈ, ਚੱਲੀ ਜਾਂਦਾ ਜੀ। ਹੁਣ ਤਾਂ ਸੈਸ਼ਨ ਸ਼ੁਰੂ ਹੋ ਗਿਆ ਨਾ, ਬੈਗ ਬੁੱਕ ਵਿਕਦੇ ਹੋਣੇ, ਜਵਾਕ ਆਉਂਦੇ ਨੇ ਬੈਗ ਲੈਣ, ਹੈ ਨਾ? ਹਾਂ, ਵਿਕਦਾ ਹੈ, ਉਹ ਤਾਂ ਸੀਜ਼ਨ ਹੈ ਥੋੜ੍ਹਾ ਬਹੁਤਾ, ਇਸ ਟਾਈਮ ਤਾਂ ਵਿਕਣਗੇ ਥੋੜ੍ਹੇ ਬਹੁਤੇ ਤਾਂ ਫਿਰ। ਹਾਂਜੀ ਹਾਂ, ਬਸ ਕੰਮ ਨਿਮਟਦਾ ਠੀਕ ਹੈ ਜੀ। ਸੈਸ਼ਨ ਕਹਿੰਦੇ ਐਤ ਕੀ ਸੀਜ਼ਨ ਦਾ, ਚੋਣਾਂ ਦਾ ਵੀ ਆ ਗਿਆ, ਵੋਟਾਂ ਵਾਲਾ ਵੀ ਆ ਗਿਆ ਜੀ। ਉਹ ਤਾਂ ਵੋਟਾਂ ਦਾ ਤਾਂ ਆ ਗਿਆ ਹੀ ਆ ਜੀ, ਪਾਵਾਂਗੇ ਪਾਵਾਂਗੇ। ਹਾਂਜੀ ਹਾਂਜੀ, ਪਾਵਾਂਗੇ। ਕਿਹੜੇ ਮੁੱਦੇ ਨੂੰ ਲੈ ਕੇ ਪਾਉਂਗੇ, ਵੋਟ ਪਾਉਂਗੇ ਤਾਂ ਕੀ ਮੁੱਦਾ ਹੋਊ? ਮੁੱਦਾ ਹੁਣ ਜਿਹੜੇ ਹੈ ਸਾਡੇ ਕੋਲ ਤਾਂ ਕੋਈ ਮੁੱਦਾ ਨਹੀਂ ਹੈ, ਹੁਣ ਕਹਿ ਸਕਦੇ ਆਪਾਂ ਕਹੀਏ ਮੁੱਦਾ ਜਿਹਨਾਂ ਨੂੰ ਲੋਕਾਂ ਨੂੰ ਲੋੜ ਹੁੰਦੀ ਸਾਨੂੰ ਮੁੱਦਾ ਤਾਂ ਕੋਈ, ਸਾਡਾ ਤਾਂ ਦੁਕਾਨਦਾਰ ਦਾ ਕਿਆ ਮੁੱਦਾ? ਸਾਡੇ ਤਾਂ ਕੋਈ ਦੁਕਾਨਦਾਰ ਕਹੇਗਾ ਤਾਂ ਦੁਕਾਨਦਾਰ ਸਾਡੇ ਨਾ, ਜਿਹੜੀ ਕਮੇਟੀ ਦੀ ਦੁਕਾਨ ਨੇ ਨਾ ਹੈ ਉਹ ਕਹਿੰਦੇ ਸਾਡੇ ਨਾ ਕਰਾ ਦਿਓ। ਅੱਛਾ, ਇਹ ਮੁੱਦਾ ਹੁਣ ਸਾਡਾ ਤਾਂ ਕੋਈ ਨਹੀਂ ਮੁੱਦਾ, ਸਾਡੇ ਤਾਂ ਆਪਣੀ ਪ੍ਰਾਈਵੇਟ ਹੀ ਆ ਜੀ। ਠੀਕ ਹੈ, ਨਹੀਂ ਵੈਸੇ ਚਲੋ ਆਪਾਂ ਗੱਲ ਆਲੇ ਦੁਆਲੇ ਤਾਂ ਰਹਿੰਦੇ ਹਾਂ, ਸਮਾਜ ਦੇਖਦੇ ਹਾਂ, ਨਸ਼ਾ ਹੋ ਗਿਆ, ਗਰੀਬੀ ਹੋ ਗਈ, ਰੁਜ਼ਗਾਰ ਹੋ ਗਿਆ, ਇਹ ਮੁੱਦੇ ਤਾਂ ਰਹਿੰਦੇ ਨੇ। ਚੋਰੀ ਚੋਰੀ ਹੁਣ ਜ਼ਿਆਦਾ ਹੋਣ ਲੱਗੀ ਹੈ ਇੱਧਰ। ਅੱਛਾ, ਹਾਂ, ਚੋਰੀ ਚੋਰੀਆਂ ਜ਼ਿਆਦਾ ਹੋਣ ਲੱਗੀਆਂ, ਹੁਣ ਤਾਂ ਸੁਣਿਆ ਵੀ ਚੋਰੀਆਂ ਜ਼ਿਆਦਾ ਹੋਣ ਲੱਗੀਆਂ, ਐਕਟਿਵਾ ਪਕੜ ਕੇ ਚੱਕ ਕੇ ਲੈ ਜਾਂਦੇ ਆ। ਅੱਛਾ, ਹਾਂਜੀ, ਨੁਕਸਾਨ ਬਹੁਤ, ਐਕਟਿਵਾ ਬਹੁਤ ਮਹਿੰਗੀ ਹੋ ਗਈ, ਲੱਖ ਸਵਾ ਲੱਖ ਦੀ ਹੋ ਗਈ, ਲੱਖ ਸਵਾ ਲੱਖ ਦੀ ਹੋ ਗਈ ਹੁਣ, ਲੱਖ ਤੇ ਸਵਾ ਲੱਖ ਦੀ ਤਾਂ ਹੋ ਗਈ ਆ। ਅੱਛਾ, ਫਿਰ ਕੌਣ ਕੌਣ ਆ ਗਿਆ ਪ੍ਰਚਾਰ ਕਰਨ, ਕਿਹਨੇ ਕਿਹਨੇ ਆ ਕੇ ਕਿਹਾ ਤੁਹਾਨੂੰ ਵੀ ਵੋਟ ਪਾ ਦਿਓ? ਨਹੀਂ, ਹਾਲੇ ਤਾਂ ਕੱਲ੍ਹ ਹੀ ਆਏ ਸੀ ਝਾੜੂ ਵਾਲੇ ਆਏ ਸੀ ਜੀ, ਅਕਾਲੀ ਤਾਂ ਝਾੜੂ ਵਾਲੇ, ਹਾਂ, ਕੱਲ੍ਹ ਹੋਰ ਤਾਂ ਕੋਈ ਨਹੀਂ ਆਏ, ਝਾੜੂ ਵਾਲੇ ਆਏ ਸੀ। ਕਰਤਾ ਪੁਨੀਤ ਕੌਰ ਜੀ ਆਏ ਨਹੀਂ? ਨਹੀਂ, ਹਾਲੀ ਪੁਨੀਤ ਕੌਰ ਨਹੀਂ ਆਈ ਜੀ। ਕਾਂਗਰਸ ਨੇ ਹਜੇ ਕਹਿੰਦੇ, ਕਾਂਗਰਸ ਹਲੇ ਵੀ ਕੋਈ ਨਹੀਂ ਆਇਆ, ਕੋਈ ਨਹੀਂ, ਕਿਸੇ ਕਾਂਗਰਸ ਕਹਿੰਦੇ ਡਾਕਟਰ ਧਰਮਵੀਰ ਗਾਂਧੀ ਨੂੰ ਤਾਰੂਗੀ ਐਤ, ਕੀ ਲੱਗਦਾ ਵੀ ਜ਼ੋਰ ਚੱਲ ਜੂ? ਨਾ ਨਾ, ਹਾਲੇ ਕੋਈ ਨਹੀਂ। ਕਿਹਦਾ ਜ਼ੋਰ ਚੱਲਦਾ? ਜ਼ੋਰ ਤਾਂ ਦੇਖੋ ਜੀ, ਅਸੀਂ ਦੁਕਾਨ ਤੇ ਬੈਠੇ ਹੁਣ ਆਪਾਂ ਕਹੀਏ ਜੀ, ਗਾਹਕ ਤੁਹਾਡੇ ਕੋਲ ਆਉਂਦੇ ਆ, ਖਬਰਾਂ ਤੁਸੀਂ ਸੁਣੀ ਜਾਂਦੇ ਹੋ ਜਾਂ ਆਪਾਂ ਇੱਦਾਂ ਸੁਣਦੇ ਹੋਵੋਗੇ, ਚਰਚਾ ਲੈਂਦੀ ਆ ਦਿਮਾਗ 'ਚ ਵੀ ਕੀ ਆ ਨਾ ਕੀ ਨਹੀਂ ਹੈ। ਨਹੀਂ, ਚਰਚਾ ਦੇਖੋ ਜੀ, ਸਾਡੇ ਕੋਲ ਭਾਵ ਕੱਥਾ ਲੱਗੀ ਹੋਈ ਹੈ, ਅਸੀਂ ਤਾਂ ਇਹ ਸੁਣਦੇ ਹਾਂ ਜੀ, ਅਸੀਂ ਉਹ ਨਹੀਂ ਹਾਂ, ਨਹੀਂ, ਹਾਂ, ਸਾਸੀ ਖਬਰਾਂ ਖੁਬਰਾਂ ਨਹੀਂ ਲਾਉਂਦੇ ਜੀ, ਸਾਡੇ ਕੋਲ ਜੇ ਲਿਆਓਗੇ ਇਹ ਸਾਡੇ ਕੋਲ ਮਿਲੇਗੀ ਸਾਡੇ ਕੋਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵੋਟ ਪਾਉਣੇ ਹੋ? ਹਾਂਜੀ, ਐਤਕੀ ਜਾਓਗੇ? ਹਾਂਜੀ। ਵੈਸੇ ਤਾਂ ਦੇਖੋ ਸਾਰੇ ਪਾਰਟੀਆਂ ਦਾ ਹੀ ਜ਼ੋਰ ਹੈ, ਦੋਵਾਂ ਪਾਸੇ ਹੀ ਜ਼ੋਰ ਹੈ, ਕੋਈ ਵੱਡੀ ਗੱਲ ਨਹੀਂ ਵੀ ਕਿਹੜਾ ਆ ਜਾਏ ਕੋਈ ਪਤਾ ਨਹੀਂ ਹੈਗਾ, ਇਹ ਹਾਲੇ ਇੱਕ ਲਾਟਰੀ ਹੈ ਇੱਕ ਤਰ੍ਹਾਂ ਦੀ। ਬਿਲਕੁਲ, ਜਦੋਂ ਲਾਟਰੀ ਖੁੱਲੇਗੀ, ਲਾਟਰੀ, ਹਾਂ, ਲਾਟਰੀ ਹੁੰਦੀ ਹੈਗੀ, ਜਿਹਦੇ 'ਤੇ ਵੋਟ ਪੈ ਗਈ ਉਹ ਜਿੱਤ ਗਿਆ, ਜਿਹੜਾ ਕੰਮ ਕਰਾਊਗਾ ਜਿੱਤੇਗਾ। ਅੱਛਾ, ਵੈਸੇ ਪਤਾ ਤੁਹਾਨੂੰ ਵੀ ਐਮ ਪੀ ਕੀ ਕੰਮ ਕਰਦਾ ਹੁੰਦਾ, ਕਦੇ ਲੋੜ ਪਈ ਐਮ ਪੀ ਤੱਕ ਜਾਣ ਦੀ? ਅੱਜ ਤੱਕ ਐਮ ਪੀ ਤੱਕ ਤਾਂ ਅੱਜ ਤੱਕ ਲੋੜ ਨਹੀਂ ਪਈ, ਕਦੇ ਲੋੜ ਨਹੀਂ ਜੀ, ਐਮ ਸੀ ਤੱਕ ਲੋੜ ਪੈਂਦੀ ਹੈ ਜ਼ਿਆਦਾ ਜ਼ਿਆਦਾ, ਸ਼ਹਿਰਾਂ ਨੂੰ ਆ ਕੇ ਐਮ ਸੀ ਤੱਕ, ਜੇ ਪਿੰਡਾਂ ਨੂੰ ਸਰਪੰਚਾਂ ਤੱਕ, ਸਰਪੰਚਾਂ ਤੱਕ, ਬਸ ਐਮ ਪੀ ਤੱਕ ਤਾਂ ਪਹੁੰਚ ਨਹੀਂ ਜਾਂਦੀ ਜੀ। ਅੱਛਾ, ਐਤਕੀ ਅੱਗੇ ਤਾਂ ਚਲੋ ਅਕਾਲੀ ਭਾਜਪਾ ਇਕੱਠੇ ਹੋ ਕੇ ਲੜਦੇ ਹੁੰਦੇ ਸੀ ਨਾ, ਵੀ ਜਾਂ ਕੈਪਟਨ ਅਮਰਿੰਦਰ ਦਾ ਅਕਸਰ ਜ਼ੋਰ ਸੁਣਦੇ ਸੀ ਪਟਿਆਲੇ ਦੇ ਵਿੱਚ ਵੀ ਗੜ੍ਹ ਹੈ ਜਾਂ ਉਹ ਹੋ ਜਾਣਾ, ਐਤਕੀ ਕੈਪਟਨ ਸਾਹਿਬ ਭਾਜਪਾ ਜਾਵੜੇ, ਗੜ੍ਹ ਕਾਂਗਰਸ ਦਾ ਹੁੰਦਾ ਸੀ, ਅਕਾਲੀ ਭਾਜਪਾ ਇਕੱਠੇ ਇਕੱਠੇ ਨਹੀਂ ਹੈਗੇ, ਵੱਖਰੇ ਹੋ ਗਏ ਨਾ, ਜ਼ਿਆਦਾ ਨਹੀਂ ਟ੍ਰਿਕੀ ਜਿਹਾ ਕੰਮ ਲੱਗ ਰਿਹਾ ਬਹੁਤ ਜ਼ਿਆਦਾ? ਖਿਚੜੀ ਪੱਕ ਗਈ, ਇਹ ਹੋ ਗਈ ਖਿਚੜੀ,
ਅਗਰ ਆਪਾਂ ਦੇਖੀਏ ਤਾਂ ਤਿੰਨੋਂ ਪਾਸਿਆਂ ਦਾ ਜ਼ੋਰ ਹੈ। ਹੁਣ ਗਾਂਧੀ ਸਾਹਿਬ ਖੜੇ ਹੋਏ ਇੱਥੋਂ, ਉਹ ਚਰਚਾ ਪੂਰੀ ਉਹਨਾਂ ਦੀ ਵਿੱਚ, ਉਹਨਾਂ ਦੀ ਵੀ ਚਰਚਾ ਹੈ, ਪਰ ਹੈ ਮੁਸ਼ਕਿਲ ਉਹਨਾਂ ਦਾ। ਅੱਛਾ, ਹਾਂ ਉਹਨਾਂ ਦਾ ਮੁਸ਼ਕਿਲ ਹੈ। ਬਾਕੀ ਜਿਹੜਾ ਆਮ ਆਦਮੀ ਪਾਰਟੀ ਜਾਂ ਫਿਰ ਬੀਜੇਪੀ, ਬੀਜੇਪੀ ਤਾਂ ਵੈਸੇ ਛੋੜ ਨਹੀਂ ਹੈ ਪੰਜਾਬ ਵਿੱਚ। ਪ੍ਰਨੀਤ ਕੌਰ, ਤੁਹਾਨੂੰ ਲੱਗਦਾ ਵੀ ਜੇ ਬੀਜੇਪੀ 'ਚ ਆ ਕੇ ਤਾਂ ਆਪਦਾ ਕਿਲ੍ਹਾ ਬਚਾ ਜਾਣਗੇ? ਨਹੀਂ ਕਹਿ ਸਕਦੇ। ਕੋਈ ਅਸਰ ਪਿਆ ਤੁਹਾਨੂੰ ਲੱਗਦਾ ਵੀ ਪ੍ਰਨੀਤ ਕੌਰ ਦਾ ਬੀਜੇਪੀ ਜਾਣਾ ਅਸਰ ਪਿਆ ਉਹਦਾ ਲੋਕਾਂ? ਨਹੀਂ ਜੀ, ਨਹੀਂ, ਬਿਲਕੁਲ ਵੀ ਨਹੀਂ। ਜਿਹੜਾ ਕਿਸਾਨੀ ਮੁੱਦਾ ਚੱਲ ਰਿਹਾ ਨਾ, ਕਿਸਾਨੀ ਮੁੱਦਾ ਜਿਹੜਾ ਚੱਲ ਰਿਹਾ ਉਹ ਬਹੁਤ ਵੱਡਾ ਆ, ਇਸ ਕਰਕੇ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਵਿਰੋਧ ਬਹੁਤ ਹੋ ਰਿਹਾ। ਹਾਂ, ਉਹਦੇ ਕਰਕੇ ਨੁਕਸਾਨ ਹੋ ਰਿਹਾ। ਅਗਰ ਇਹ ਕਿਸਾਨੀ ਹਿੱਤਾਂ ਵਿੱਚ ਆਉਂਦੇ, ਸ਼ਾਇਦ ਇਹ ਪੰਜਾਬ ਵਿੱਚ ਅੱਜ ਵੋਟ ਲੈ ਜਾਂਦੇ। ਬੜੀ ਸਹੀ ਗੱਲ ਕਹੀ ਕਹਿੰਦੇ, ਜੇ ਉਹ ਪਹਿਲਾਂ ਵਾਲੀ ਗੱਲਾਂ ਪੂਰੀਆਂ ਕਰ ਜਾਂਦੇ ਤਾਂ ਸ਼ਾਇਦ, ਹੈ ਨਾ, ਸ਼ਾਇਦ ਆ ਜਾਂਦੇ। ਅੱਛਾ, ਆਮ ਆਦਮੀ ਪਾਰਟੀ ਤੁਹਾਨੂੰ ਕੀ ਲੱਗਦਾ ਹੈ ਵੀ ਕਿਉਂ ਜ਼ਿਆਦਾ ਪ੍ਰਭਾਵ 'ਚ ਆ, ਸਰਕਾਰ 'ਚ ਤਾਂ ਕਰਕੇ ਜਾਂ ਜਿਹੜੇ ਇਹ ਕੰਮ ਗਣਾਉਂਦੇ ਨੇ ਉਹਦੇ ਕਰਕੇ ਹੋਇਆ? ਕੰਮ ਤਾਂ ਕਰ ਰਹੇ ਨੇ। ਅੱਛਾ, ਕੰਮ ਤਾਂ ਕਰ ਰਹੇ ਨੇ। ਦੇਖੋ, ਬਿਜਲੀ ਫ੍ਰੀ ਕਰਤੀ, ਇੱਕ ਆਮ ਬੰਦੇ ਵਾਸਤੇ ਬੜਾ ਸੌਖਾ ਹੋਇਆ। ਤੁਹਾਨੂੰ ਆਉਂਦੀ ਹੈ, ਮਤਲਬ ਕੋਈ ਦੇਖਾਇਆ, ਕੋਈ ਜੀਰੋ ਬਿੱਲ ਆਇਆ ਕਦੇ? ਜੀਰੋ ਬਿੱਲ ਆਉਂਦੇ ਹੁਣ ਤੱਕ ਤਾਂ ਸਿਰਫ ਇੱਕ ਦੋ ਬਿੱਲ ਆਉਂਦੇ ਆ ਜਿਹੜੇ ਗਰਮੀਆਂ ਦੇ ਹੁੰਦੇ ਆ। ਨਹੀਂ ਨਹੀਂ, ਇਹਨਾਂ ਦੇ ਵਿਰੋਧੀ ਸੁਖਬੀਰ ਸਿੰਘ ਬਾਦਲ ਹਰੇ ਜਾਂ ਕਾਂਗਰਸ ਵਾਲੇ ਕਹਿੰਦੇ ਨੇ, ਕਹਿੰਦੇ ਨੇ ਝੂਠ ਮਾਰੀ ਜਾਂਦੇ ਨੇ, ਕੋਈ ਬਿੱਲ ਬੁੱਲ ਜੀਰੋ ਨਹੀਂ ਆਉਂਦੇ। ਨਹੀਂ ਨਹੀਂ, ਜ਼ੀਰੋ ਆ ਰਿਹਾ ਬਿੱਲ। ਤੁਹਾਡਾ ਵੀ ਆਇਆ? ਹਾਂਜੀ, ਹੁਣ ਬੋਲੇ ਨਾ। ਨਹੀਂ ਨਹੀਂ ਸਰ, ਜ਼ੀਰੋ ਹੀ, ਜ਼ੀਰੋ ਹੀ ਆ ਰਿਹਾ। ਅੱਛਾ, ਮੈਨੂੰ ਘੱਟੋ ਘੱਟ ਵੀ 2.5 ਸਾਲ ਤੋਂ, ਹਾਂ 2.5 ਸਾਲ ਹੋ ਗਿਆ ਹੁਣੇ ਬਿੱਲ ਮੈਂ ਸਰਕਾਰ ਨੂੰ ਹੋਇਆ 2.5। ਨਹੀਂ ਨਹੀਂ ਸਰ, ਇੰਨਾ ਹੋ ਗਿਆ। ਹੌਸਪੀਟਲ ਲੱਗਦੇ ਨੇ ਸਰਕਾਰੀ ਹੌਸਪੀਟਲ, ਉਧਰ ਕੋਈ ਦਿੱਕਤ ਦੀ ਗੱਲ ਨਹੀਂ ਹੈਗੀ, ਉੱਥੇ ਮੈਡੀਸਨ ਫ੍ਰੀ ਮਿਲਦੀ ਹੈ ਅੰਦਰੋਂ, ਇਲਾਜ ਬਿਹਤਰ ਅੱਗੇ ਨਾਲ। ਹਾਂਜੀ ਹਾਂ, ਇਲਾਜ ਬੈਟਰ ਹੈ। ਤੁਸੀਂ ਤੁਹਾਡੇ ਮੁਲਾਂਕਣ ਦੇ ਨਾਲ ਅਸੀਂ ਕਹਿ ਦਈਏ ਵੀ ਜਾਂ ਭਾਜਪਾ ਦਾ ਮਾੜਾ ਮੋਟਾ ਜ਼ੋਰ ਹੈਗਾ, ਕਾਂਗਰਸ ਧਰਮਵੀਰ ਗਾਂਧੀ ਹੈ ਉਹਨਾਂ ਦਾ ਸ਼ਾਇਦ ਨਹੀਂ ਹੈ, ਉਹਨਾਂ ਦਾ ਨਹੀਂ ਹੈ, ਤੇ ਆਮ ਆਦਮੀ ਪਾਰਟੀ ਦਾ ਹੈ? ਆਮ ਆਦਮੀ ਪਾਰਟੀ ਆ ਸਕਦੀ ਹੈ, ਅਕਾਲੀ ਦਲ, ਅਕਾਲੀ ਦਲ ਵੀ ਆ ਸਕਦੇ ਨੇ ਪੂਰਾ। ਅਕਾਲੀ ਦਲ ਤਾਂ ਮੰਥਨ ਹੀ ਕਰੀ ਜਾਂਦਾ, ਹਜੇ ਪਤਾ ਨਹੀਂ ਲੀਡਰ ਕਿਹੜਾ ਹੋਊਗਾ ਉਹਨਾਂ ਦਾ। ਹਾਂ, ਹੈਗੇ ਆ ਕਈ ਬੰਦੇ, ਬੀਜੇਪੀ ਵੀ ਹੈਗੇ, ਆ ਸਾਡੇ ਸਪੋਰਟਰ ਖੜੇ ਆ ਬੀਜੇਪੀ ਦੇ। ਅੱਛਾ, ਇੱਕ ਗੱਲ ਦੱਸੋ, ਇਹਨਾਂ ਨੂੰ ਕੀ ਪਤਾ ਵੀ ਮੈਂ ਬੀਜੇਪੀ 'ਚ ਹਾਂ ਜਾਂ ਉਹ ਹਾਂ? ਹਾਂ ਬਈ, ਆਹ ਸਵਾਲ ਬੜਾ ਵਧੀਆ। ਨਹੀਂ, ਸਾਡੀ ਜਿਹੜੀ ਨਾ, ਸਾਡੀ ਜਿਹੜੀ ਚਰਚਾ ਚੱਲਦੀ ਰਹਿੰਦੀ ਹੈ ਬੀਜੇਪੀ ਦੇ, ਉਹ ਗਣਾਉਂਦੇ ਹੋਣਗੇ, ਪ੍ਰਾਪਤੀਆਂ ਗਣਾਉਂਦੇ ਹੋਣਗੇ ਨਾ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਗਦੀਸ਼ ਕੁਮਾਰ। ਕੀ ਕਰਦੇ ਸਰ? ਮੈਂ ਗੜਿਆਂ ਦੀ ਮੁਰੰਮਤ ਕਰਦਾ ਹਾਂ। ਕਦੀ? ਗੜਿਆਂ ਦੀ ਮੁਰੰਮਤ ਕਰਦਾ ਹਾਂ। ਮਤਲਬ ਤੁਸੀਂ ਲੋਕਾਂ ਨੂੰ ਟਾਈਮ ਠੀਕ ਕਰਕੇ ਦਿੰਦੇ ਹੋ? ਹਾਂ। ਫਿਰ ਕਿਹੜੀ ਸਰਕਾਰ ਦਾ, ਕਿਹੜੀ ਪਾਰਟੀ ਦਾ ਟਾਈਮ ਠੀਕ ਚੱਲ ਰਿਹਾ? ਸਾਡੇ ਵਾਸਤੇ ਸਾਰੇ ਠੀਕ ਹੈ ਪਾਰਟੀਆਂ। ਨਹੀਂ, ਟਾਈਮ ਕਿਹਦਾ ਠੀਕ ਚੱਲ ਰਿਹਾ? ਤੁਹਾਡੀ ਠੀਕ ਸਾਰੀਆਂ ਨੇ, ਟਾਈਮ ਤਾਂ ਹੁੰਦਾ। ਬੀਜੇਪੀ ਦਾ ਚੱਲ ਰਿਹਾ ਜੀ। ਕਾਰਨ ਦੱਸਿਓ ਮਾੜਾ ਜਿਹਾ। ਉਹ ਇੱਥੇ ਉਹਨਾਂ ਨੇ ਇੱਕ ਅੱਧਾ ਕਾਰਨ ਗਣਾਇਆ ਮੈਨੂੰ, ਬੀਜੇਪੀ ਕਹਿੰਦੇ ਸ਼ਾਇਦ ਪੰਜਾਬ ਚ ਔਖਾ ਹੈ, ਸੈਂਟਰ ਚ ਆ ਸਕਦਾ। ਸੈਂਟਰ ਤਾਂ ਉਹੀ ਆਏਗੀ। ਅੱਛਾ, ਸੈਂਟਰ ਚ ਹੋਇਆ 400 ਪਰ ਹੋ ਜੂ? ਹਾਂ, ਬਿਲਕੁਲ ਬਿਲਕੁਲ। ਨਾਲੇ ਕਹਿੰਦੇ ਆ ਵੀ ਐਤਕੀ 300 ਨਹੀਂ ਟੱਪਦੀ, ਐਤਕੀ ਔਖਾ ਯਾਰ। ਲੋਕ ਜੋ ਮਰਜ਼ੀ ਕਹੀ ਜਾਣ, ਲੋਕਾਂ ਦੇ ਕਹਿਣ ਨਾਲ ਕਿਆ ਹੁੰਦਾ ਹੈ? ਲੋਕ ਵੋਟ ਤਾਂ ਲੋਕ ਹੀ ਪਾਉਂਦੇ ਆ। ਹਾਂ ਹਾਂ, ਲੋਕ ਵੋਟ ਪੈਣ, ਲੋਕ ਕਹਿੰਦੇ ਆ ਕਿਆ? ਲੋਕ ਕਹਿੰਦੇ ਆ ਵੀ ਯਾਨੀ ਕਿ ਹੋਰ ਆਏਗੀ? ਮੈਂ ਤਾਂ ਨਹੀਂ ਮੰਨਦਾ ਇਸ ਗੱਲ ਨੂੰ। ਨਹੀਂ, ਸਰਕਾਰ ਕੋਈ ਹੋਰ ਆਵੇ ਨਾ ਆਵੇ, ਲੋਕਾਂ ਨੇ ਫੈਸਲਾ ਕਰਨਾ। ਚਰਚਾਵਾਂ ਕਈ ਤਰ੍ਹਾਂ ਦੀਆਂ ਨੇ। ਉਮੀਦ 100% ਜਿਹੜੀ ਹੈ ਉਹ ਬੀਜੇਪੀ ਦੀ ਹੈ। ਪੰਜਾਬ 'ਚ ਕੀ ਲੱਗਦਾ, ਤੁਹਾਡੇ ਹਲਕੇ 'ਚ ਕੀ ਲੱਗਦਾ? ਹਾਂ, ਇੱਥੇ ਪੂਰਾ ਪਤਾ ਨਹੀਂ ਲੱਗ ਰਿਹਾ ਜੀ, ਕਿਉਂਕਿ ਇੱਥੇ ਜਿਹੜੇ ਹੈਗੇ ਹੁਣ, ਪਹਿਲੇ ਬੀਜੇਪੀ ਸੀ ਕਹਿਣ ਦਾ ਮਤਲਬ ਹੈ, ਹੁਣ ਕੁਝ ਨਹੀਂ ਮਿਲੀ ਸੀ, ਫਿਰ ਵੀ ਹੁਣ ਇੱਥੇ ਜਿਹੜਾ 2-3 ਸੀਟਾਂ ਲੈ ਜਾਏਗੀ। ਅੱਛਾ, ਉਹ ਕਹਿੰਦੇ ਪੁੱਛਦੇ, ਕਹਿੰਦੇ ਜੀਰੋ ਬਿੱਲ ਆਇਆ ਤੁਹਾਡਾ? ਹਾਂ ਹਾਂ, ਬਿਲਕੁਲ ਆਇਆ। ਪਹਿਲਾ ਵਾਰੀ ਇਸ ਪਾਰਟੀ ਨੇ ਜਿਹੜਾ ਜੀਰੋ ਬਿੱਲ ਕਰਿਆ। ਇਹਦਾ ਅਸਰ ਪਊਗਾ ਵੋਟਾਂ ਤੇ? ਹਾਂ, ਬਿਲਕੁਲ ਪਊਗਾ। ਅੱਛਾ, ਹੁਣ ਮੁਕਾਬਲਾ ਕੱਚ ਵੇਖਦੇ ਹੋ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ, ਚਾਰ ਪਾਰਟੀਆਂ ਤਾਂ ਹੋ ਗਈਆਂ, ਕਿਹਦਾ ਮੁਕਾਬਲਾ ਪਟਿਆਲੇ 'ਚ? ਪਟਿਆਲੇ ਤਾਂ ਵੈਸੇ ਬੀਜੇਪੀ ਜਿੱਤੇਗੀ। ਬੀਜੇਪੀ ਦਾ ਮੁਕਾਬਲਾ? ਬਿਲਕੁਲ ਬਿਲਕੁਲ। ਮਤਲਬ ਪ੍ਰਨੀਤ ਕੌਰ ਜੇ ਇੱਧਰ ਆ ਗਏ ਨੇ ਤਾਂ ਬੀਜੇਪੀ ਜਿੱਤ ਜਾਣਗੇ? ਹਾਂ, ਬਿਲਕੁਲ ਜਿੱਤੇਗੀ ਉਹ। ਜਵਾਬ ਦਿਓ।
ਵੀ ਕਹਿ ਸਕਦੇ ਆ ਬਜ਼ੁਰਗ ਹੈ ਸੀਨੀਓਰਟੀ ਦਾ ਫਾਇਦਾ ਚੱਕ ਗਏ ਆ ਸੀਨੀਓਰਟੀ ਦਾ ਫਾਇਦਾ ਉਹ ਨਹੀਂ ਨਹੀਂ ਕਹਿੰਦੇ ਬਜ਼ੁਰਗ ਆ ਤਾਂ ਕਹਿ ਸਕਦੇ ਆ ਸੀਨੀਓਰਟੀ ਦਾ ਫਾਇਦਾ ਚੱਕ ਗਏ ਆ ਜਾਓ ਨੇੜੇ ਆ ਜਾਓ ਫਰੇਮ ਕੈਮਰਾ ਉੱਥੇ ਆ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਉਹਨੇ ਵੇਲਾ ਗਿਆ ਜੇ ਟਾਈਮ ਮੈਨੂੰ ਵੀ ਦੱਸ ਦਿਓ ਮੈਂ ਇਹਨਾਂ ਤੋਂ ਵੀ ਪੁੱਛਿਆ ਵੀ ਕਿਹੜੀ ਪਾਰਟੀ ਦਾ ਟਾਈਮ ਠੀਕ ਚੱਲ ਰਿਹਾ ਤੁਸੀਂ ਦੱਸੋ ਤੁਹਾਨੂੰ ਤੁਸੀਂ ਤਾਂ ਪ੍ਰਧਾਨ ਤੁਹਾਨੂੰ ਪਤਾ ਹੋਊ ਇਸ ਟਾਈਮ ਦੇਖੋ ਜੀ ਪਾਰਟੀਆਂ ਸਾਰਿਆਂ ਦਾ ਟਾਈਮ ਠੀਕ ਹੈ ਲੇਕਿਨ ਜਿਹੜੇ ਬੀਜੇਪੀ ਹੈ ਇਸ ਟਾਈਮ ਰੁਪਏ 'ਚੋਂ 90 ਪੈਸੇ ਉਹਨਾਂ ਦਾ 10 ਪੈਸੇ ਪੰਜਾਬ 'ਚ ਪੰਜਾਬ ਵਿੱਚ ਜੀ ਇਸ ਟਾਈਮ ਹਾਲੀ ਬਰਾਬਰ ਹੈ ਜੀ ਕਿਸੇ ਦੇ ਪਲੱਸ ਪੁਆਇੰਟ ਮਾਈਨਸ ਨਹੀਂ ਕਹਿ ਸਕਦੇ ਹਾਲੀ ਉਹਦਾ ਥੋੜ੍ਹਾ ਟਾਈਮ ਪਿਆ ਉਹ ਦੇਖਣਗੇ ਵੀ ਕਿਸੇ ਦਾ ਕੰਮ ਜ਼ਿਆਦਾ ਹੋਇਆ ਕਿਸੇ ਦਾ ਘੱਟ ਹੋਇਆ ਉਸੇ ਹਿਸਾਬ ਨਾਲ ਪਬਲਿਕ ਵੋਟ ਪਾਏਗੀ ਤੁਹਾਡੇ ਪ੍ਰਨੀਤ ਕੌਰ ਸੀ ਮਤਲਬ ਐਮ ਪੀ ਰਹਿ ਚੁੱਕੇ ਨੇ ਨਾ ਐਤਕੀ ਵੀ ਐਮ ਪੀ ਉਹੀ ਨੇ ਪਹਿਲਾਂ ਉਹ ਕਾਂਗਰਸ 'ਚ ਜੀ ਐਤਕੀ ਭਾਜਪਾ ਜਾਵੜੇ ਉਹਨਾਂ ਦੇ ਇਸ ਫੈਸਲੇ ਨਾਲ ਕੋਈ ਫਰਕ ਪਊਗਾ ਨਹੀਂ ਉਹਨਾਂ ਨਾਲ ਫੈਸਲੇ ਨਾਲ ਇਹ ਉਹਨਾਂ ਦੀ ਬਣਾਈ ਬਣਾਈ ਕਾਫੀ ਹੈ ਜੀ ਕਾਂਗਰਸ ਰੁਕ ਗਈ ਹੈ ਹੁਣ ਬੀਜੇਪੀ ਹੈ ਥੋੜ੍ਹਾ ਰਾਮ ਮੰਦਰ ਬਣਨ ਨਾਲ ਡਿਵੈਲਪਮੈਂਟ ਬਹੁਤ ਹੈ ਦੇਖੋ ਜਿਵੇਂ ਸਰਦਾਰਾਂ ਦਾ ਜਾਂ ਮੁਸਲਮਾਨਾਂ ਦਾ ਕਿਸੇ ਦਾ ਵੀ ਕੋਈ ਚੀਜ਼ ਬਣੇਗੀ ਆਟੋਮੈਟਿਕ ਉਹਨੂੰ ਆਪਣਾ ਔਰ ਹੋਊਗਾ ਇਸ ਕਰਕੇ ਹਾਲੀ ਬੀਜੇਪੀ ਦਾ ਬਰਾਬਰ ਹੀ ਚੱਲ ਰਿਹਾ ਨਾ ਮਾਈਨਸ ਹੈ ਨਾ ਪਲੱਸ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹਨਾਂ ਨੇ ਆਪਦੇ ਉਮੀਦਵਾਰ ਉਤਾਰੇ ਆਪਣੇ ਆਪ ਉਤਾਰੇ ਹੋਏ ਆ ਇਹਨਾਂ ਨੇ ਹਾਲੀ ਤੱਕ ਕੋਈ ਇਹਦੇ ਨਹੀਂ ਆ ਸਕਦਾ ਹਾਲੀ ਇਹਨੂੰ ਟਾਈਮ ਲੱਗੇਗਾ ਧਰਮਵੀਰ ਗਾਂਧੀ ਬਾਰੇ ਕੀ ਕਹਿਣਾ ਠੀਕ ਹੈ ਜੀ ਬਰਾਬਰ ਹੈਲੋ ਮੇਰੀ ਗੱਲ ਸੁਣੋ ਗਾਂਧੀ ਦੀ ਤਾਂ ਬਿਲਕੁਲ ਉਮੀਦ ਹੀ ਨਾ ਰੱਖੋ ਕਾਂਗਰਸ ਦੀ ਯਾਨੀ ਕਿ ਉਮੀਦ ਨਾ ਰੱਖੋ ਬਿਲਕੁਲ ਨਾ ਰੱਖੋ ਨਾਲੇ ਪਹਿਲਾਂ ਐਮ ਪੀ ਬਣ ਚੁੱਕੇ ਨੇ ਹਾਂ ਬਣ ਚੁੱਕਣੇ ਫਿਰ ਕਿਆ ਹੋ ਗਿਆ ਨਹੀਂ ਬਣਦੇ ਉਹ ਹੁਣ ਨਹੀਂ ਆਉਂਦੇ ਉਹ ਵੀ ਤਾਂ ਬਦਲਿਆ ਹੁਣ ਇਸ ਵਾਰੀ ਪਹਿਲੇ ਯਾਨੀ ਕਿ ਉਹਦੇ ਸੀਗੇ ਨਾ ਆਮ ਆਦਮੀ ਪਾਰਟੀ ਇਹ ਹੈ ਕਿ ਜਿਵੇਂ ਕਿ ਕੋਈ ਗਰੀਬ ਬੰਦੇ ਹੈਗੇ ਉਹਨਾਂ ਦੀ ਉਹਨਾਂ ਨੂੰ ਹੈਲਪ ਮਿਲਣੀ ਚਾਹੀਦੀ ਹੈਗੀ ਠੀਕ ਹੈ ਜਿਵੇਂ ਹਸਪੀਟਲ ਹੋ ਗਏ ਇੱਥੇ ਕੁਛ ਵੀ ਨਹੀਂ ਹੈਗਾ ਠੀਕ ਹੈ ਲੋਕ ਪੀ ਜੀ ਆਈ ਪੈਂਦੇ ਆ ਪਟਿਆਲੇ ਪੈਂਦੇ ਆ ਇੱਥੇ ਬਲਕਿ ਕੁਛ ਵੀ ਹੈ ਖਾਸ ਉਹ ਨਹੀਂ ਹੈਗਾ ਹੁਣ ਥੋੜ੍ਹੀ ਬਹੁਤੀ ਸੁਧਾਰ ਹੋਇਆ ਪਹਿਲੇ ਤੋਂ ਇਸ ਸਰਕਾਰ ਨੇ ਕੀਤਾ ਕੁਛ ਤਾਂ ਹੋਇਆ ਪਹਿਲੇ ਤੋਂ ਬਾਕੀ ਉਹ ਉਸ ਹੱਦ ਤੱਕ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਹੈ ਠੀਕ ਹੈ ਜਿੰਨਾ ਹੈਗੀਆਂ ਨੇ ਬਹੁਤ ਹੈਗੀਆਂ ਬਲਕਿ ਬਹੁਤ ਪਿੱਛੇ ਹੈਗਾ ਆਪਣਾ ਰਾਜਪੁਰ ਹਾਲੀ ਠੀਕ ਹੈ ਤੁਹਾਡਾ ਜਿਹੜਾ ਰਾਜਪੁਰਾ ਹਲਕਾ ਆ ਉਹ ਬਹੁਤ ਪਿੱਛੇ ਆ ਹਾਂ ਪਹਿਲੇ ਤੋਂ ਕੁਝ ਸੁਧਾਰ ਹੋਇਆ ਇਸ ਤੋਂ ਵੀ ਵੱਧ ਸੁਧਾਰ ਹੋਣਾ ਚਾਹੀਦਾ ਹੈ ਹਾਂਜੀ ਇਸੇ ਉਮੀਦ ਨਾਲ ਵੋਟ ਪਾਉਣ ਜਾਓਗੇ ਹਾਂਜੀ ਹਾਂਜੀ ਠੀਕ ਹੈਪੀ ਜੀ ਚੋਣ ਪ੍ਰਚਾਰ ਨੂੰ ਲੈ ਕੇ ਫਿਰ ਅਖਾੜਾ ਦਾ ਭਾਗਿਆ ਹੋਊਗਾ ਲੋਕ ਆਉਂਦੇ ਨੇ ਸਿਆਸੀ ਪਾਰਟੀਆਂ ਵਾਲੇ ਤੁਹਾਡੇ ਕੋਲ ਹਾਲ ਤੱਕ ਨਹੀਂ ਆਇਆ ਕੋਈ ਨਹੀਂ ਆਇਆ ਪ੍ਰਚਾਰ ਹੁੰਦਾ ਵੀ ਨਹੀਂਗਾ ਮਤਲਬ ਹਲੇ ਟਾਈਮ ਪਿਆ ਜੇ ਦੋ ਕੁ ਮਹੀਨੇ ਟਾਈਮ ਵਾਵਾ ਪਿਆ ਦੋ ਕੀ ਲੱਗਦਾ ਚਲੋ ਪ੍ਰਨੀਤ ਕੌਰ ਤੁਹਾਡੇ ਐਮ ਪੀ ਹੈਗੇ ਨੇ ਕਾਂਗਰਸ ਸੀਗੇ ਫਿਰ ਉਹ ਭਾਜਪਾ ਜਾਵੜੇ ਐਤਕੀ ਚਾਰ ਪਾਰਟੀਆਂ ਦੇ ਉਮੀਦਵਾਰ ਹੋਣਗੇ ਜ਼ੋਰ ਕਿਹਦਾ ਲੱਗਦਾ ਮੌਕੇ ਅਨੁਸਾਰ ਹਲੇ ਨਹੀਂ ਕੁਛ ਪਤਾ ਹਲੇ ਨਹੀਂ ਕੁਛ ਕਹਿ ਸਕਦੇ ਨਾ ਹਲੇ ਨਹੀਂ ਡਿਕਲੇਅਰ ਨਹੀਂ ਹੋਏ ਉਮੀਦਵਾਰ ਨਹੀਂ ਡਿਕਲੇਅਰ ਹਲੇ ਵੀਰ ਹੋ ਗਏ ਨੇ ਦੋ ਪਾਰਟੀਆਂ ਦੇ ਹੋਏ ਹਲੇ ਤਾਂ ਤਿੰਨਾਂ ਤੇ ਦੋ ਗਾਂਧੀ ਦਾ ਜ਼ਿਕਰ ਵੀ ਬਹੁਤ ਹੈ ਚਲ ਹਲੇ ਮੌਕੇ ਅਨੁਸਾਰ ਆ ਜਾਏ ਮੌਕੇ ਅਨੁਸਾਰ ਹਲੇ ਨਹੀਂ ਹਲੇ ਟਾਈਮ ਵਾਵਾ ਪਿਆ ਲੰਬਾ ਪਿਆ ਟਾਈਮ ਹਜੇ ਮਤਲਬ ਕੈਂਡ ਜਿਹੜੇ ਇਹ ਪਤਾ ਲੱਗ ਜਾਏਗਾ ਲੋਕਾਂ ਦਾ ਵਿਚਾਰ ਬਦਲ ਸਕਦਾ ਹੈ ਆ ਮੌਕੇ ਅਨੁਸਾਰ ਹੈ ਸਾਰਾ ਕੁਝ ਮੌਕਾ ਦੇ ਮੌਕੇ ਅਨੁਸਾਰ ਫਿਰ ਵੀ ਭਾਜਪਾ ਕੇਂਦਰ 'ਚ ਹੈ ਪੰਜਾਬ 'ਚ ਭਾਜਪਾ ਦਾ ਜ਼ੋਰ ਲੱਗਦਾ ਹੈ ਜਾਂ ਪਟਿਆਲਾ ਜਦੋਂ ਵੋਟਾਂ ਦੀ ਗੱਲ ਆਉਂਦੀ ਐਮ ਪੀ ਦੀ ਗੱਲ ਆਉਂਦੀ ਆ ਤੁਹਾਡੇ ਇਸ ਹਲਕੇ ਦੀ ਗੱਲ ਆਉਂਦੀ ਆ ਕਿਹੜੇ ਕੰਮ ਨੇ ਜਿਹੜੇ ਰਹਿ ਹੀ ਗਏ ਕਦੇ ਵੇਖੇ ਹੀ ਨਹੀਂ ਕਦੇ ਵਾਅਦੇ ਕਰਕੇ ਮੁੱਕਰ ਹੀ ਗਏ ਚਲੋ ਮਾੜਾ ਮੌਕਾ ਲੈਣ ਦੋ ਫਿਰ ਮਾੜਾ ਦੇਖ ਦੱਸਾਂਗੇ ਤੂੰ ਮਾਰਿਓ ਕਿਹੜਾ ਸੀ ਆਏ ਮੌਕੇ ਤੇ ਆਵਾਂਗੇ ਨੇੜੇ ਜੋ ਕੇ ਫਿਰ ਮੌਕੇ ਦੱਸਾਂਗੇ ਤੁਹਾਨੂੰ ਹਲੇ ਚਲੋ ਹਲੇ ਟਾਈਮ ਪਿਆ ਹਲੇ ਟਾਈਮ ਪਿਆ ਚਲੋ ਠੀਕ